ਚੱਲੇ ਲੋਇਣਾ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿਰਨਾ ਮਨ ਨੂੰ ਕਸਵੱਟੀ ਤੇ ਲਾਇਆ ਰਾਮ ਦੀ ਕਸਵੱਟੀ ਤੇ ਕਬੀਰ ਕਸੌਟੀ ਰਾਮ ਕੀ ਉਹ ਕਸੌਟੀ ਤੇ ਝੂਠਾ ਨਹੀਂ ਟਿਕਦਾ ਭੱਜ ਜਾਂਦਾ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਸਵੱਟੀ ਲਾਈ ਸਿੱਖੀ ਦੀ ਪਰਖ ਕੀਤੀ ਤੇ ਬਾਕੀ ਸਾਰੇ ਭੱਜ ਗਏ ਬਾਬਾ ਲਹਿਣਾ ਜੀ ਤੋਂ ਬਿਨਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਅਮਰਦਾਸ ਮਹਾਰਾਜ ਜੀ ਤੇ ਕਸਵੱਟੀ ਲਾਈ ਨਾ 12 ਸਾਲ ਕੱਚੇ ਨਹੀਂ ਟਿਕ ਸਕਦੇ ਝੂਠੇ ਨਹੀਂ ਟਿਕ ਸਕਦੇ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋਤ ਹੈ ਜੋ ਮਰ ਜੀਵਾ ਹੋਏ ਮਰ ਜੀਵੜੇ ਨੇ ਜਿਹੜੇ ਉਹ ਪੂਰੇ ਉਤਰਦੇ ਹਨ ਜਿਨ੍ਹਾਂ ਨੇ ਆਪ ਗਵਾਈ ਹੈ ਤਾਂ ਸ਼ੋ ਪਾਈ ਹੈ ਆਪਣਾ ਆਪ ਗਵਾ ਦਿੱਤਾ ਮਨ ਕੀ ਮਤ ਛੱਡ ਦਿੱਤੀ ਇੱਕ ਮਨ ਦੀ ਮਤ ਹੈ ਜਿਹੜੀ ਇਹਨੂੰ ਹੁਕਮ ਨਹੀਂ ਮੰਨਣ ਦਿੰਦੀ ਮਨ ਦੀ ਮਤ ਭਾਵ ਹਉਮੈ ਹੈ ਜਿਹਨੇ ਹੁਕਮ ਬੁੱਝ ਲਿਆ ਉਹਦੇ ਵਿੱਚ ਹਉ ਨਹੀਂ ਹੋਏਗੀ ਜੇ ਹਉ ਹੈ ਤਾਂ ਹੁਕਮ ਮਤਲਬ ਹੀ ਨਹੀਂ ਹੁਕਮ ਨਹੀਂ ਮੰਨ ਸਕਦਾ ਹੰਕਾਰੀ ਬੰਦਾ ਹੁਕਮ ਨਹੀਂ ਮੰਨਦਾ ਉਹ ਹੇਰਾ ਫੇਰੀ ਕਰੇਗਾ ਇਧਰਲੀਆਂ ਉਧਰਲੀਆਂ ਗੱਲਾਂ ਕਰਕੇ ਸਾਰੇਗਾ ਪਰ ਮਹਾਂਪੁਰਸ਼ ਤਾਂ ਜਾਣਦੇ ਹੁੰਦੇ ਹੈ ਨਾਨਕ ਹੁਕਮ ਹੈ ਜੇ ਬੁੱਝੈ ਜਿਹਨੇ ਹੁਕਮ ਨੂੰ ਬੁੱਝ ਲਿਆ ਹਉਮੈ ਕਹੇ ਨਾ ਕੋਈ ਹਉਮੈ ਦਾ ਮਤਲਬ ਵੀ ਕੋਈ ਨਹੀਂ ਹੰਕਾਰ ਨਹੀਂ ਰਿਹਾ ਕਿਉਂਕਿ ਹੰਕਾਰ ਹੈ ਤੇ ਫਿਰ ਨਾਮ ਨਹੀਂ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਮਤੈ ਕਟਾਏ ਤੇ ਨਾਮ ਉੱਥੇ ਹੀ ਟਿਕੇਗਾ ਜਿੱਥੇ ਹੁਕਮ ਹੈ ਹੁਕਮੀ ਬੰਦਾ ਹੀ ਨਾਮ ਜਪ ਸਕਦਾ ਹੈ ਕਿਉਂਕਿ ਹੁਕਮ ਹੋਇਆ ਮਹਾਰਾਜ ਜੀ ਦਾ ਸਿੰਘਾਂ ਨੂੰ ਹੁਕਮ ਕਰਦੇ ਹੁੰਦੇ ਵੀ 6 ਮਾਲਾ ਤੋਂ ਸ਼ੁਰੂ ਕਰ ਦਿਓ ਮੂਲ ਮੰਤਰ ਦੀਆਂ ਰੋਜ਼ 6 ਮਾਲਾ ਫੇਰੋ ਜਾਂ ਸੁਖਨੀ ਸਾਹਿਬ ਦੇ 2 ਪਾਠ ਕਰੋ ਜਾਂ ਜਪਜੀ ਸਾਹਿਬ ਦੇ 10 ਪਾਠ ਕਰੋ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 50 ਸਫ਼ੇ ਰੋਜ਼ ਪੜ੍ਹੋ ਵਾਹਿਗੁਰੂ ਮੰਤਰ ਦੀਆਂ 80 ਮਾਲਾ ਫੇਰੋ ਇਸ ਤਰ੍ਹਾਂ ਸੀ ਅਤੇ ਜਿਹੜੇ ਹੁਕਮ ਮੰਨ ਕੇ ਕਰਦੇ ਸਨ ਸਾਧ ਸੰਗਤ ਉਹ ਹੌਲੀ 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 ਫਿਰ ਉਹ ਉੱਚੀਆਂ ਅਵਸਥਾ ਵਿੱਚ ਪਹੁੰਚ ਜਾਂਦੇ ਅਤੇ ਉਹਨਾਂ ਨੂੰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਪ੍ਰਭ ਕਹਿ ਸਿਮਰਨ ਅਨਹਦ ਝੁਨਕਾਰ ਉਹਨਾਂ ਨੂੰ ਫਿਰ ਝਲਕਾਂ ਪੈਂਦੀਆਂ ਆਨੰਦ ਦੀਆਂ ਝਲਕਾਂ ਦਾ ਮਤਲਬ ਹੁੰਦਾ ਹੈ ਇੱਕ ਉਤਸ਼ਾਹ ਦੇਣ ਵਾਸਤੇ ਪਰਮੇਸ਼ੁਰ ਵੱਲੋਂ ਬਈ ਤੂੰ ਜਿਹੜਾ ਰਸਤੇ 'ਤੇ ਚੱਲ ਰਿਹਾ ਠੀਕ ਹੈ ਪੂਰਾ ਆਨੰਦ ਮਿਲੇਗਾ ਤੈਨੂੰ ਤੁਰਿਆ ਚੱਲ ਹੁਣ ਤੁਮ ਸੂਧੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਈ ਹੈ ਰੇ ਸਿੱਧਾ ਵੀ ਹੁਣ ਨੱਕ ਦੀ ਸੇ ਤੁਰਿਆ ਚੱਲ ਇਹ ਗੁਰਮੁਖ ਗਾਡੀ ਰਾਹ ਹੈ ਗੁਰਮੁਖ ਗਾਡੀ ਰਾਹ ਚਲਾਇਆ ਇਹ ਮਾਰਗ 'ਤੇ ਤੁਰਿਆ ਚੱਲ ਕਾਹਦੇ ਸ਼ੰਕੇ ਨੇ ਕਾਹਦੇ ਭੁਲੇਖੇ ਹਨ ਭੁਲੇਖਾ ਤਾਂ ਕੋਈ ਛੱਡਿਆ ਹੀ ਨਹੀਂ ਭੁਲੇਖਾ ਦਾ ਮਹਾਂਪੁਰਸ਼ ਰਹਿਣ ਹੀ ਨਹੀਂ ਦਿੰਦੇ ਨਾ ਕਿਉਂਕਿ ਉਹਨਾਂ ਦਾ ਪ੍ਰੈਕਟੀਕਲੀ ਜੀਵਨ ਹੈ ਉਹ ਇਹ ਮਾਰਗ 'ਤੇ ਚੱਲ ਕੇ ਉੱਥੇ ਪਹੁੰਚੇ ਹਨ
ਤੇ ਜਿਹੜਾ ਚੱਲ ਕੇ ਪਹੁੰਚਿਆ ਹੈ ਤੇ ਉਹ ਰਸਤੇ ਦੀਆਂ ਔਕੜਾਂ ਨੂੰ ਜਾਣਦਾ ਹੈ ਨਾ, ਕਿੱਥੇ 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 ਔਕੜਾਂ ਆਉਣੀਆਂ ਨੇ, ਉਹ ਫਿਰ ਉੱਥੋਂ ਦੱਸ ਦਿੰਦਾ ਹੈ ਵੀ ਅੱਗੇ ਤੁਰ, ਦੇਖੀ ਕਿਤੇ ਇੱਥੇ ਹੀ ਨਾ ਖੜ ਜੀ, ਦੇਖੀ ਕਿਤੇ ਇੱਥੇ ਸ਼ਕਤੀਆਂ ਵਿੱਚ ਪ੍ਰਭ ਕਹਿ ਸਿਮਨ ਰਿੱਧ ਸਿੱਧ ਨੌ ਨਿੱਧ, ਕਿਤੇ ਰਿੱਧੀਆਂ ਸਿੱਧੀਆਂ ਵਿੱਚ ਹੀ ਬਹੁਤੇ ਲੋਕ ਸਿੱਧ ਇੱਥੇ ਹੀ ਖੜੇ ਸਨ। ਮਹਾਰਾਜ ਜੀ ਨੂੰ ਵੀ ਸਿੱਧ ਭਰਮਾਉਣਾ ਚਾਹੁੰਦੇ ਸਨ, ਲੋਟਾ ਦੇ ਦਿੱਤਾ ਪਾਣੀ ਲਿਆ, ਬਾਲਾ ਪਾਣੀ ਲਿਆ, ਬਾਲਾ ਹੀ ਕਹਿੰਦੇ ਸਨ ਕਿ ਉਮਰ ਛੋਟੀ ਸੀ। ਹੁਣ ਮਹਾਰਾਜ ਜੀ ਜਦੋਂ ਗਏ ਉੱਥੇ ਹੀਰੇ ਜਵਾਹਰਾਤ ਪਾਣੀ ਹੈ ਕੋਈ ਨਹੀਂ, ਮਹਾਰਾਜ ਜੀ ਮੁੜੇ ਆਏ ਵੀ ਉੱਥੇ ਤਾਂ ਹੀਰੇ ਨੇ ਪਾਣੀ ਨਹੀਂ ਹੈ, ਉਹ ਕਹਿੰਦੇ ਇਹੀ ਤਾਂ ਸ਼ਕਤੀ ਹੈ ਸਾਡੇ ਚ। ਮਹਾਰਾਜ ਜੀ ਕਹਿੰਦੇ ਇਹ ਸ਼ਕਤੀ ਕਾਹਦੀ ਹੈ, ਇਹ ਸ਼ਕਤੀ ਤੁਹਾਡੀ ਹੋਵੇਗੀ ਪਰ ਰਿੱਧ ਸਿੱਧ ਅਵਰਾ ਸਾਧ, ਇਹ ਰਿੱਧੀਆਂ ਸਿੱਧੀਆਂ ਇਹ ਸਾਡੇ ਕਿਸੇ ਕੰਮ ਨਹੀਂ ਹਨ। ਸੋ ਇਹ ਮਹਾਂਪੁਰਸ਼ਾਂ ਨੇ ਕਿਉਂਕਿ ਇਹ ਰਸਤੇ ਵਿੱਚ ਹੀ ਲੰਘੇ ਨੇ ਰਿੱਧ ਸਿੱਧ ਪ੍ਰਭ ਕੇ ਸਿਮਰਨ, ਉਹ ਕਹਿੰਦੇ ਪਹੁੰਚਣਾ ਕਿੱਥੇ, ਗਿਆਨ ਧਿਆਨ ਤਤ ਬੁੱਧ, ਤਤ ਗਿਆਨ ਵਾਚਨਾ ਖੈ ਮਨੋ ਨਾਸ, ਤਤ ਗਿਆਨ ਤੱਕ ਪਹੁੰਚ ਹੈ ਬ੍ਰਹਮ ਗਿਆਨੀ ਦੀ, ਤੇ ਉਹਦੀ ਇੱਕ ਚਿੰਤਾ ਹੈ ਮਨ ਦੀ। ਜਿਵੇਂ ਹਰੀ ਕਮਲ ਜੀ ਆਪਣੇ ਆਉਂਦੇ ਹੁੰਦੇ ਮਹਾਰਾਜ ਜੀ ਦੇ ਪਾਸ, ਪੁਰਾਣੇ ਪ੍ਰੇਮੀਆਂ ਨੇ ਤਾਂ ਉਹਨਾਂ ਨੂੰ ਸੁਣਿਆ ਹੋਣਾ ਹੈ, ਤੇ ਉਹ ਇੱਕ ਚਿੰਤਾ ਦਾ ਵਿਸ਼ਾ ਸੁਣਾਇਆ ਕਰਦੇ। ਕਹਿੰਦੇ ਲੋਕਾਂ ਨੂੰ ਬੱਚੇ ਪਾਲਣ ਦੀ ਚਿੰਤਾ, ਕਿਸੇ ਨੂੰ ਕੁੜੀ ਵਿਆਹੁਣ ਦੀ ਚਿੰਤਾ, ਕਿਸੇ ਨੂੰ ਬੱਚੇ ਪੜ੍ਹਾਉਣ ਦੀ ਚਿੰਤਾ, ਕਹਿੰਦੇ ਸੰਤਾਂ ਨੂੰ ਨਾਮ ਜਪਾਉਣ ਦੀ ਚਿੰਤਾ, ਕਹਿੰਦੇ ਇਹਨਾਂ ਨੂੰ ਪਾਰ ਉਤਾਰਾ ਕਰਾਉਣ ਦੀ ਚਿੰਤਾ ਵੀ ਦੁਨੀਆਂ ਦਾ ਪਾਰ ਉਤਾਰਾ ਹੋ ਜਾਵੇ, ਇਹ ਚਿੰਤਾ ਇਹ ਵੀ ਨਹੀਂ ਫਿਰਦੇ ਨੇ। ਸੰਤਾਂ ਨੂੰ ਵੀ ਚਿੰਤਾ ਹੈ, ਮਹਾਰਾਜ ਨੂੰ ਵੀ ਚਿੰਤਾ ਸੀ ਨਾ ਵੀ ਜਿਹੜੇ ਜਗਿਆਸੂ ਸਾਡੇ ਪਾਸ ਆਉਂਦੇ ਨੇ ਕਿਤੇ ਨਰਕਾਂ 'ਚ ਨਾ ਚਲੇ ਜਾਣ, ਕਿਉਂਕਿ ਬਹੁਤ ਪਿਤਾ ਕੋ ਲਾਜ, ਪਿਤਾ ਨੂੰ ਲਾਜ ਹੁੰਦੀ ਹੈ ਵੀ ਮੇਰਾ ਪੁੱਤਰ ਕਿਤੇ ਨਲਾਇਕ ਨਾ ਨਿਕਲੇ, ਕਿਤੇ ਉਂਗਲੀ ਨਾ ਕਰੇ ਇਹਦੇ ਕਰਨੀ ਕੋਈ। ਪਿਤਾ ਦੀ ਕੋਸ਼ਿਸ਼ ਇਹੀ ਹੁੰਦੀ ਹੈ ਮਾਤਾ ਪਿਤਾ ਦੀ ਵੀ ਮੇਰੇ ਪੁੱਤਰ ਦੀਆਂ ਤਾਂ ਚੜ੍ਹਦੀਆਂ ਕਲਾ ਹੋਣ ਸਾਰੇ ਪਾਸੇ, ਧੰਨ ਧੰਨ ਹੀ ਹੋਵੇ। ਇਸੇ ਤਰ੍ਹਾਂ ਮਹਾਂਪੁਰਸ਼ ਚਾਹੁੰਦੇ ਨੇ ਵੀ ਜਗਿਆਸੂ ਜਿਹੜੇ ਸਾਡੇ ਪਾਸ ਆਉਂਦੇ ਨੇ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ, ਤੇ ਉਹਨਾਂ ਦੀ ਯਾਨੀ ਇਹ ਇੱਕ ਸੇਧ ਹੁੰਦੀ ਹੈ ਮਨੁੱਖ ਮਾਤਰ ਨੂੰ ਹਰ ਇੱਕ ਨੂੰ ਵੀ ਭਾਈ ਚੱਲੋ ਤਾਂ ਸਹੀ, ਜੁਗਤੀਆਂ ਅਸੀਂ ਦੱਸਾਂਗੇ। ਇਸ ਤਰ੍ਹਾਂ ਮਹਾਰਾਜ ਜੀ ਬਹੁਤ ਕੁਛ ਆਪਾਂ ਨੂੰ ਸਮਝਾਉਂਦੇ ਰਹੇ, ਜੀਵਨ ਜਾਤ ਸਿਖਾਉਂਦੇ ਰਹੇ। ਭਾਗਾਂ ਵਾਲੇ ਜਿਨ੍ਹਾਂ ਨੇ ਉਹਨਾਂ ਦਾ ਵਚਨ ਕਮਾਇਆ ਅਤੇ ਅੱਜ ਵੀ ਉਹ ਆਨੰਦ ਵਿੱਚ ਹਨ ਸਾਧ ਸੰਗਤ, ਇਹੋ ਜਿਹੇ ਮਹਾਂਪੁਰਸ਼ਾਂ ਦਾ ਜਿਹੜੇ ਜਗਿਆਸੂ ਦੀ ਭਾਵਨਾ ਨੂੰ ਜਾਣਦੇ ਸਨ, ਅੰਤਰਜਾਮੀ ਸਨ, ਬੜੇ ਲੋਕਾਂ ਨੇ ਪਰਖ ਕੀਤੀ, ਮਹਾਰਾਜ ਜੀ ਪਹਿਲਾਂ ਹੀ ਸਮਝ ਜਾਂਦੇ ਸਨ। ਮਹਾਂਪੁਰਸ਼ ਕਹਿੰਦਾ ਉਹ ਜਿਹੜਾ ਅੰਤਰਜਾਮੀ ਨਾ ਹੋਵੇ। ਜਿਵੇਂ ਆਪਣੇ ਜਦੋਂ ਬਾਬਾ ਕਰਤਾਰ ਸਿੰਘ ਜੀ, ਭਾਗ ਸਿੰਘ ਜੀ ਕਰਤਾਰਪੁਰ ਵਾਲੇ, ਉਹ ਦੱਸਦੇ ਹੁੰਦੇ ਕਹਿੰਦੇ ਮੈਂ ਪਹਿਲਾਂ ਮਹਾਰਾਜ ਜੀ ਨਾਲ ਹੁੰਦਾ ਸੀ ਜੱਥੇ ਵਿੱਚ, ਅਫਰੀਕਾ ਵਿੱਚ ਵੀ ਉਹ ਗਏ, ਕਹਿੰਦੇ ਫਿਰ ਮੈਂ ਘਰੇ ਚਲਿਆ ਗਿਆ, ਪੰਜ ਸੱਤ ਮਹੀਨੇ ਨਹੀਂ ਸਮਾਂ ਲੱਗਿਆ, ਕਿਤੇ ਬਾਹਰ ਚਲੇ ਗਏ ਯੂਪੀ ਵੱਲ। ਕਹਿ ਜਦੋਂ ਮੈਂ ਆਇਆ ਕਨੇਜ ਦੀਵਾਨ ਸਨ, ਕਹਿੰਦੇ ਮੈਨੂੰ ਫਿਰ ਕਿਸੇ ਨੇ ਟਾਈਮ ਹੀ ਨਾ ਦਿੱਤਾ। ਹੁੰਦਾ ਹੈ ਕਿਉਂਕਿ ਸਿੰਘ ਜਿਹੜੇ ਪਹਿਲੇ ਹੁੰਦੇ ਆ ਉਹਨਾਂ ਦਾ ਮੈਂ ਸ਼ਬਦ ਪੜ੍ਹਨਾ ਮੈਂ ਪੜ੍ਹਨਾ, ਅਤੇ ਜਦ ਨੂੰ ਮਹਾਰਾਜ ਦਾ ਟਾਈਮ ਹੋ ਗਿਆ ਅਤੇ ਮਹਾਰਾਜ ਜੀ ਆ ਕੇ ਬੈਠ ਗਏ,
ਇੱਥੇ ਮਹਾਰਾਜ ਜੀ ਨੇ ਨਿਗਾਹ ਮਾਰੀ, ਕਹਿੰਦੇ ਇੱਥੇ ਭਾਗ ਸਿੰਘ, ਕਹਿੰਦੇ ਇੱਥੇ ਰਾੜੇ ਸਾਹਿਬ ਤਾਂ ਸੀ, ਕਹਿੰਦੇ ਇੱਥੇ ਆਇਆ ਨਹੀਂ। ਕਹਿੰਦੇ ਮੇਰੇ ਮਨ ਵਿੱਚ ਕਲਪਨਾ ਮੈਂ ਕਰਦਾ ਸੀ ਵੀ ਮਹਾਰਾਜ ਜੀ ਸਾਰੀ ਜ਼ਿੰਦਗੀ ਅਸੀਂ ਤੁਹਾਡੇ ਨਾਲ ਹੀ ਰਹੇ ਹਾਂ, ਕੀ ਹੋ ਗਿਆ ਹੁਣ ਜੇ ਕੋਈ ਕਰਮ ਸਾਨੂੰ ਲੈ ਗਿਆ ਦੂਰ। ਤਦੇ ਤਾਂ ਅਰਦਾਸ ਕਰੀ ਦੀ ਹੈ, ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਵੇ, ਅਰਦਾਸ ਇਹੋ ਹੀ ਕਰਿਆ ਕਰੋ। ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਵੇ ਜੀ, ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਵੇ ਜੀ, ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਵੇ। ਭਾਵ ਨਿਭ ਜੇ ਪੀਰ ਮਰੀਦਾਂ ਪਿਰਹੜੀ, ਉਹ ਨਿਭ ਹੈ ਨਾਲੇ, ਪੀਰਾਂ ਦੇ ਨਾਲ ਮਰੀਦਾਂ ਦੀ ਕਿਤੇ ਨਿਭ ਜਾਵੇ। ਬੜੇ ਮਹਾਰਾਜ ਜੀ ਦੀ ਨਿਭੀ ਰੇਲੂ ਸਾਹਿਬ ਵਾਲੇ ਮਹਾਰਾਜ ਜੀ ਦੇ ਨਾਲ, ਜਹਿਦਾਰ ਮਹਾਰਾਜ ਜੀ ਦੀ ਨਿਭੀ ਵੱਡੇ ਮਹਾਰਾਜ ਜੀ ਦੇ ਨਾਲ ਨਿਭ ਜਾਵੇ, ਇਹੋ ਹੀ ਤਾਂ ਅਰਦਾਸ ਹੈ। ਸਾਡੀ ਪੀਰਾਂ ਦੇ ਨਾਲ ਮਰੀਦਾਂ ਦੀ, ਪੀਰਾਂ ਦੇ ਨਾਲ ਮਰੀਦਾਂ ਦੀ ਸਾਡੀ, ਹੜੀ ਉਹ ਨਿਭ ਹੈ ਨਾਲੇ। ਕਈ ਤਰ੍ਹਾਂ ਦੀ ਨਿਭ ਨਹੀਂ ਹੁੰਦੀ ਹੈ, ਆਹ ਵੀ ਨਿਭ ਹੀ ਰਹੀ ਹੈ ਜਿਹੜੀ ਆਪਾਂ ਸਾਰੀ ਰਾਤ ਲਾਉਣ ਵਾਲੇ ਹਾਂ, ਅਤੇ ਜਿਹੜੇ ਸੌਂਗੇ ਪੂਰੀ ਨਹੀਂ ਨਿਭੀ ਉਹਨਾਂ ਦੀ, ਸੱਚਾਈ ਹੈ। ਮਜ਼ਬੂਰੀ ਹੋ ਸਕਦੀ ਹੈ ਉਹਨਾਂ ਦੀ, ਕੋਈ ਗੱਲ ਨਹੀਂ, ਪਰ ਹਕੀਕਤ ਇਹੀ ਹੈ।
ਵੀ ਉਹਨਾਂ ਦੀ ਪੂਰੀ ਨਹੀਂ ਨਿਭੀ ਹੈ। ਆਹ ਰਾਤ ਜੀ ਦੀ ਲਾਗੇ ਸਮਝ ਲਓ ਨਿਭ ਗਈ ਫਿਰ ਬਸ, ਤੇ ਜਿਨ੍ਹਾਂ ਦੀ ਗੁਰੂ ਪੀਰਾਂ ਨਾਲ ਨਿਭ ਜਾਵੇ ਨਾ ਫਿਰ ਉਹਨਾਂ ਨੂੰ ਬਹੁਤ ਕੁਛ ਨਹੀਂ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ। ਖੈਰ ਕਹਿੰਦੇ ਸਾਡੇ ਮਨ ਵਿੱਚ ਭਗਤ ਸਿੰਘ ਜੀ ਕਹਿੰਦੇ ਖਿਆਲ ਆਇਆ ਵੀ ਮਹਾਰਾਜ ਜੀ ਅਕਸਰ ਤੁਹਾਡੇ ਸੇਵਕ ਹਾਂ, ਵੀ ਕੀ ਹੋ ਗਿਆ ਜੇ 2-4 ਮਹੀਨੇ ਬਾਹਰ ਚਲੇ ਗਏ ਤੁਹਾਡੀ ਸਟੇਜ ਤੇ, ਜਿੱਥੇ ਮਾਲਕ ਹੁੰਦੇ ਤਾਂ ਇੱਕ ਸ਼ਬਦ ਪੜ੍ਹਨ ਦਾ ਵੀ ਟਾਈਮ ਨਹੀਂ ਸਾਡੇ ਵਾਸਤੇ। ਹੁਣ ਮਹਾਰਾਜ ਜੀ ਜਾਣਦੇ ਨੇ, ਮਹਾਰਾਜ ਜੀ ਕਹਿੰਦੇ ਭਗਤ ਸਿੰਘ ਆਇਆ, ਕਹਿੰਦੀ ਹਾਂ ਆਇਆ ਭਗਤ ਸਿੰਘ। ਭਗਤ ਸਿੰਘ ਤੂੰ ਫਿਰ ਕੀਰਤਨ ਕਰ। ਕਹਿੰਦਾ ਮੈਂ ਤਾਂ ਉੱਥੇ ਹੀ ਢੇਰੀ ਜੀ ਢਾ ਲਈ, ਉਹ ਮਨਾ ਇਹ ਤੂੰ ਕੀ ਸੋਚਦਾ ਸੀ, ਤੇ ਮਹਾਰਾਜ ਜੀ ਤਾਂ ਅੰਤਰਜਾਮੀ ਸਨ। ਕਹਿੰਦਾ ਹੁਣ ਫਿਰ ਮਹਾਰਾਜ ਦੇ ਸਾਹਮਣੇ ਬੋਲਣਾ। ਫਿਰ ਮਹਾਰਾਜ ਕਹਿੰਦੇ ਬਈ ਇੱਕ ਧਾਰਨਾ ਪੜ੍ਹ ਕੇ, ਕਹਿੰਦੇ ਮੈਂ ਬਾਜਾ ਬੰਦ ਕਰਤਾ, ਕਹਿੰਦੇ ਨਹੀਂ ਹੋਰ ਅਜੇ 15-20 ਮਿੰਟ ਹੋਰ ਲਾ, ਕਹਿੰਦੇ ਜਿਵੇਂ ਕਿਵੇਂ ਮੈਂ ਪੂਰਾ ਟਾਈਮ ਕੀਤਾ। ਤੇ ਮੈਨੂੰ ਕਹਿੰਦੇ ਖੁਸ਼ੀ ਦੀ ਬਜਾਏ ਅੰਦਰ ਦੁੱਖ ਖੜਾ ਹੋ ਗਿਆ ਬਈ ਮਨਾ ਇਹ ਕੀ ਸੋਚਿਆ, ਤੈਂ ਬਹੁਤ ਭਾਰੀ ਤੈਂ ਗਲਤੀ ਕੀਤੀ। ਇੱਕ ਤਾਂ ਸੰਗਤ ਦਾ ਟਾਈਮ, ਮਹਾਰਾਜ ਜੀ ਨੇ ਕੀਰਤਨ ਕਰਨਾ ਸੀ, ਉਹ ਟਾਈਮ ਤੈਂ ਖਰਾਬ ਕੀਤਾ, ਕਿੱਡਾ ਭਾਰੀ ਦੋਸ਼ ਲੱਗਿਆ ਤੈਨੂੰ। ਕਹਿੰਦਾ ਮੈਨੂੰ ਚੈਨ ਨਾ ਆਈ, ਪਹਿਲਾਂ ਵੀ ਹਾਲਾਂਕਿ ਮਹਾਰਾਜ ਜੀ ਨੂੰ ਮੈਂ ਮਿਲ ਕੇ ਗਿਆ ਸੀ, ਫਿਰ ਬਾਬੂ ਜੀ ਨੂੰ ਕਿਹਾ ਬਈ ਮੈਂ ਮਹਾਰਾਜ, ਕਹਿੰਦਾ ਭੋਲਿਆ ਤੂੰ ਪਹਿਲਾਂ ਤਾਂ ਮਿਲ ਕੇ ਗਿਆ। ਕਹਿੰਦਾ ਨਹੀਂ ਬਾਬੂ ਜੀ ਮੈਨੂੰ 2 ਮਿੰਟ ਮੈਨੂੰ ਬਚਣ ਜ਼ਰੂਰੀ ਹੈ। ਕਹਿੰਦਾ ਮੈਂ ਜਦੋਂ ਮਹਾਰਾਜ ਦੇ ਜਾ ਕੇ ਨਮਸਕਾਰ ਕੀਤੀ, ਮਹਾਰਾਜ ਜੀ ਕਹਿੰਦੇ ਭਗਤ ਸਿੰਘ ਦੁਬਾਰਾ ਫਿਰ ਆ ਗਿਆ ਤੂੰ, ਮਹਾਰਾਜ ਜੀ ਮੈਨੂੰ ਮਾਫ਼ ਕਰ ਦਿਓ। ਕਹਿੰਦਾ ਮੈਂ ਮਨ ਵਿੱਚ ਵੈਰਾਗ ਰੋਣ ਲੱਗ ਗਿਆ, ਮੈਂ ਮਹਾਰਾਜ ਮੈਨੂੰ ਮਾਫ਼ ਕਰ ਦਿਓ, ਮੈਂ ਤਾਂ ਬੜੀ ਭਾਰੀ ਗਲਤੀ ਕੀਤੀ, ਮੈਂ ਇਹ ਕਲਪਨਾ ਕਿਉਂ ਕੀਤੀ, ਮੈਂ ਇਹ ਸੋਚਿਆ ਸੀ। ਮਹਾਰਾਜ ਫਿਰ ਆਪ ਹੀ ਦੱਸਦਾ, ਕਹਿੰਦਾ ਮਹਾਰਾਜ ਮੈਂ ਇਹ ਸੋਚਦਾ ਜੇ ਮਹਾਰਾਜ ਜੀ ਅੰਤਰਜਾਮੀ ਨੇ ਮੈਨੂੰ ਅੱਜ ਟਾਈਮ ਦੇਣ, ਇਹ ਸੋਚਿਆ ਸੀ ਮਨ ਵਿੱਚ। ਮਹਾਰਾਜ ਫਿਰ ਕਹਿੰਦੇ ਵੀ ਸਿੱਖ ਦਾ ਫਰਜ਼ ਆਪਣਾ ਹੈ ਤੇ ਜਿਹੜਾ ਮਾਲਕ ਹੈ ਉਹਦਾ ਫਰਜ਼ ਆਪਣਾ ਹੈ, ਤੇਰਾ ਫਰਜ਼ ਸੀ, ਤੂੰ ਕੋਈ ਮੰਗ ਕੀਤੀ, ਸਾਡਾ ਫਰਜ਼ ਸੀ ਉਹ ਮੰਗ ਪੂਰੀ ਕਰਨੀ। ਇਹੋ ਜਿਹੇ ਸਨ ਮਹਾਂਪੁਰਸ਼, ਇਹੋ ਜਿਹੇ ਸਨ ਮਹਾਰਾਜ ਜੀ, ਤੇ ਇਹ ਇਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਸਾਧ ਸੰਗਤ। ਉਹਨਾਂ ਦੀ ਬਾਬਤ ਬੜੇ ਬਚਨ ਨੇ ਗੁਰਬਾਣੀ ਦੇ ਵਿੱਚ, ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਂ ਕਹਿ ਨੇੜ ਨਾ ਆਵੈ, ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸੋ ਆਣ ਮਿਲਾਵੈ। ਕੋਟ ਅਪਰਾਧੀ, ਕਰੋੜਾਂ ਹੀ ਅਪਰਾਧੀ ਜਿਹੜੇ ਨੇ ਮਹਾਰਾਜ ਜੀ ਦੀ ਸੰਤਾਂ ਦੀ ਸੰਗਤ ਕਰਕੇ ਉਹਨਾਂ ਦਾ ਉਧਾਰ ਹੋ ਜਾਂਦਾ, ਬੜੇ ਬੜੇ ਪਾਪੀਆਂ ਦਾ ਉਧਾਰ ਹੋ ਜਾਂਦਾ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਮਹਾਂਪੁਰਸ਼ਾਂ ਨੇ ਯੁਗਤੀ ਦੱਸੀ ਨਾ, ਨਾਮ ਨਾਰਾਇਣ ਰੱਖ ਲਈ, ਨਾਰਾਇਣ ਰੱਖ ਲਿਆ, ਅੰਤ ਸਮਾਂ ਆਇਆ, ਆਵਾਜ਼ਾਂ ਮਾਰੀਆਂ ਨਾਰਾਇਣ ਨੂੰ, ਜਮਦੂਤਾਂ ਨੂੰ ਪੈ ਗਈਆਂ ਭਾਜਣਾ, ਦੇਵਦੂਤ ਆ ਗਏ, ਸੱਚਖੰਡ ਚਲਿਆ ਗਿਆ। ਥੋੜੀ ਜਿਹੀ ਯੁਗਤੀ ਨਾਲ ਨੁਕਤਾ ਹੀ ਹੈ ਇੱਕ, ਤਦੇ ਤਾਂ ਹੈ ਨਾ, ਕਮਾਈ ਵਾਲੇ ਪੁਰਸ਼ਾਂ ਨੇ ਤਾਂ ਕਿਣਕਾ ਏਕ, ਕਿਣਕੇ ਦੀ ਲੋੜ ਹੈ, ਜ਼ਿਆਦਾ ਨਹੀਂ, ਧੱਕੇ ਨਹੀਂ ਲਾਉਣ ਦੀ ਲੋੜ ਬਹੁਤੀ, ਕਿਣਕਾ ਏਕ ਬਸ ਹੀ, ਕਿਣਕੇ ਮਾਤਰ ਨਾਲ ਹੀ ਪਾਰ ਉਤਾਰਾ ਹੋ ਜਾਂਦਾ। ਰਾਜੇ ਜਨਕ ਨੇ ਇੱਕ ਘੜੀ ਸਿਮਰਨ, ਕੀ ਹੁੰਦਾ ਇੱਕ ਘੜੀ, ਸਿਰਫ 24 ਮਿੰਟ,
ਧੰਨ ਧੰਨ ਰਾਜਾ ਜਨ ਖੈ ਜਨ ਸਿਮਨ ਕੀਓ ਵਿਵੇਕ, ਏਕ ਘੜੀ ਕੇ ਸਿਮਰ ਨੇ ਪਾਪੀ ਤਰੇ ਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਫਿਰ ਕਿਣਕਾ ਹੀ ਹੋ ਗਿਆ ਨਾ, ਇੱਕ ਗਿਣਕੇ ਨਾਲ ਹੀ ਆਪਣਾ ਤਾਂ ਉਧਾਰ ਹੋ ਜਾਣਾ। ਗਿਣਕਾ ਹੀ ਕਾਂਖੀ ਏਕ ਹੈ ਦਰਸ ਤੁਹਾਰੋ, ਨਾਨ ਗੁਣ ਸੰਗ ਮੋਹੇ ਉਧਾਰੋ। ਕਿਣਕਾ ਏਕ ਜਿਸ ਜੀਵ ਸਾਵੇ, ਤਾਂ ਕਿ ਮਹਿਮਾ ਗਣ ਆਵੇ। ਤਦੇ ਮਹਾਰਾਜ ਦਾ ਵਚਨ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ। ਇੱਕ ਕਣੀ ਇੱਕ ਕਿਣਕਾ, ਤੇ ਇਹੋ ਜਿਹੇ ਮਹਾਂਪੁਰਸ਼ ਗ੍ਰੰਥਕਾਰਾਂ ਨੇ ਦੋ ਕਿਸਮ ਦੇ ਮਹਾਂਪੁਰਸ਼ ਲਿਖੇ ਹਨ। ਇੱਕ ਉਹ ਮਹਾਂਪੁਰਸ਼ ਜਿਹੜੇ ਇੱਥੇ ਆ ਕੇ ਕਮਾਈ ਕਰਕੇ ਉਹ ਪਦਵੀ ਤੇ ਪਹੁੰਚ ਜਾਂਦੇ ਨੇ। ਇੱਕ ਰੂਹਾਂ ਨੇ ਜਿਹੜੀਆਂ ਧੁਰੋਂ ਬਖਸ਼ੀਆਂ ਹੋਈਆਂ ਆਉਂਦੀਆਂ ਨੇ, ਉਹ ਸਨ ਮਹਾਰਾਜ ਜੀ, ਜਿਨ੍ਹਾਂ ਦੀ ਬਾਬਾ ਫਰੀਦ ਸਾਹਿਬ ਜੀ ਦਾ ਵਚਨ ਹੈ, ਉਠ ਫਰੀਦਾ ਗਵਨਕਾਰ ਦੁਨੀਆ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਉਹ ਬਖਸ਼ੀਆਂ ਹੋਈਆਂ ਰੂਹਾਂ, ਭਾਈ ਸਾਹਿਬ ਗੁਰਦਾਸ ਜੀ ਦਾ ਵਚਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਬਤ ਵੀ ਇਹੋ ਹੀ ਹੈ ਨਾ, ਪਹਿਲੇ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇ ਤੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਬੜਾ ਭਾਗ ਹਰ ਸਮ ਬਣਾਈ। ਪਹਿਲੇ ਪਾਇਆ, ਪਹਿਲੇ ਬਖਸ਼ਾਂ ਮਿਲੀਆਂ ਨੇ ਨਾ, ਬਖਸ਼ਾਂ ਪਾ ਕੇ ਪਰਮੇਸ਼ਰ ਦੇ ਦਰ ਦੇ ਦਰੋਂ ਘਰੋਂ ਵਰੋਸਾਏ ਮਹਾਂਪੁਰਸ਼, ਫਿਰ ਇਹ ਸੰਸਾਰ ਵਿੱਚ ਜਦੋਂ ਆਉਂਦੇ ਨੇ ਤੇ ਉਹਨਾਂ ਨੂੰ ਆਪਾਂ ਆਪ ਨੂੰ ਕਰਨਾ ਧਰਨਾ ਕੋਈ ਬਾਕੀ ਨਹੀਂ ਹੁੰਦਾ, ਕੇਵਲ ਸਾਡੇ ਭਲੇ ਵਾਸਤੇ ਉਹ ਸੰਸਾਰ ਵਿੱਚ ਵਿਚਰਦੇ ਹਨ। ਜਿਹੜੇ ਇੱਥੇ ਆ ਕੇ ਮਹਾਂਪੁਰਸ਼ ਕਮਾਈ ਕਰਕੇ ਬਣਦੇ ਨੇ, ਉਹ ਪਦਵੀ ਤੇ ਪਹੁੰਚ ਤਾਂ ਜਾਂਦੇ ਨੇ, ਪਰ ਉਹਨਾਂ ਦੀ ਸੰਗਤ ਨਾਲ ਬਹੁਤਿਆਂ ਦਾ ਉਧਾਰ ਨਹੀਂ ਹੁੰਦਾ। ਭਾਈ ਸਾਹਿਬ ਗੁਰਦਾਸ ਦਾ ਵਚਨ ਹੈ, ਜਿਹੜੇ ਕਲਯੁਗ ਅੰਦਰ ਬੋਹੇ ਥੇ, ਇੱਕ ਪਿੱਛੇ ਲੱਖ ਤਰੰਦੇ, ਉਹ ਬੋਹੇ ਤੇ ਹਨ, ਉਹ ਕਾਰਕ ਹਨ ਮਹਾਰਾਜ ਜੀ ਵਰਗੇ, ਜਿਹੜੇ ਲੱਖਾਂ ਨੀ ਕਰੋੜਾਂ ਨੂੰ ਉਤਾਰਨ ਨੂੰ ਸਮਰੱਥ ਨੇ। ਸੁਲੇਮਾਨ ਪ੍ਰੇਤ ਦਾ ਜਦੋਂ ਮਹਾਰਾਜ ਜੀ ਨੇ ਉਧਾਰ ਕੀਤਾ, ਗਿਆਨੀ ਮੋਹਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਜੀ ਬੜਾ ਮੋਜਦਾ, ਬੜੀ ਕਰਾਮਾਤ ਹੋਈ, ਆਪ ਕਰਾਮਾਤ ਕਰਤੀ। ਮਹਾਰਾਜ ਜੀ ਕਹਿੰਦੇ, ਗਿਆਨੀ ਜੀ ਬਸ ਇੱਕ ਪ੍ਰੇਤ ਦਾ ਉਧਾਰ ਹੋ ਜੇ, ਇੰਨੀ ਕੀ ਸੰਤ ਦੀ ਤਾਕਤ ਹੈ? ਬਸ ਇਹੀ ਹੈ ਸੰਤ ਦੀ ਡੈਫੀਨੇਸ਼ਨ। ਦੇਖੋ ਕਿੱਡੀ ਵੱਡੀ ਗੱਲ ਹੈ ਸਾਧ ਸੰਗਤ, ਮਾਮੂਲੀ ਗੱਲ ਨਹੀਂ। ਇੱਕ ਪ੍ਰੇਤ ਨੂੰ ਮਨੁੱਖਾ ਦੇ ਦੇਣੀ, ਅਜੇ ਵੀ ਮੁੰਡਾ ਹੈ ਉਹ, 40-45 ਸਾਲ ਦਾ, ਅਮਰੀਕਾ ਦੇ ਵਿੱਚ, ਗੁਰਬਖਸ਼ੀਤ ਸਿੰਘ ਨਾਮ ਹੈ ਉਹਦਾ। ਪਰ ਮਹਾਰਾਜ ਜੀ ਨੂੰ ਮਾਮੂਲੀ ਕਹਿ ਰਹੇ ਨੇ, ਕਹਿੰਦੇ ਬਸ, ਕਹਿੰਦੇ ਤਾਂ ਕੁਛ ਵੀ ਗੱਲ ਨਹੀਂ ਹੈ, ਕਹਿੰਦੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਤਾਂ ਲੱਖਾਂ ਕਰੋੜਾਂ ਜੀਵਾਂ ਦਾ ਉਧਾਰ ਹੋ ਜਾਂਦਾ, ਗੁਪਤ ਰੂਹਾਂ ਦਾ, ਗੁਪਤ ਹੀ ਤਰ ਜਾਂਦੇ ਨੇ ਜਿਨ੍ਹਾਂ ਦੀ, ਕਹਿੰਦੇ ਕਹਿੰਦੇ ਇਹ ਤਾਂ ਮੇਰੇ ਪ੍ਰਭੂ ਨੂੰ ਐਵੇਂ ਭਾਉਂਦਾ ਸੀ ਵੀ ਇਹ ਗੱਲ ਸਾਹਮਣੇ ਪ੍ਰਗਟ ਹੋ ਗਈ। ਪਰ ਇਹ ਗੱਲ ਵਿੱਚ ਵੀ ਕਈਆਂ ਨੂੰ ਸ਼ੰਕਾ ਸੀ ਉਸ ਵੇਲੇ, ਸਨ 67-68 ਦੀ ਗੱਲ ਹੈ ਜੀ, 68 ਦੀ ਗੱਲ ਹੈ। ਸ੍ਰੀਮਾਨ ਜੀ ਉੱਥੇ ਦਵਲਾਨ, ਮੈਂ ਵੀ ਉੱਥੇ ਸੇਵਾ ਕਰਦਾ ਸੀ, ਉਦੋਂ ਨਹੀਂ ਸੀ ਪਤਾ ਇਹਨਾਂ ਗੱਲਾਂ ਦਾ, ਸਮਝ ਨਹੀਂ ਸੀ ਆਉਂਦੀ ਵੀ ਪ੍ਰੇਤ ਦਾ ਉਧਾਰ ਫਿਰ ਉਹਨੂੰ ਮਨੁੱਖਾਂ ਦੇ ਮਿਲੂਗੀ, ਵੀ ਇਹ ਕਿਵੇਂ ਹੋ ਸਕਦਾ ਹੈ। ਪਰ ਕਿਸੇ ਪ੍ਰੇਮੀ ਨੇ, ਸ਼ਰਧਾ ਦੀ ਗੱਲ ਹੈ, ਗਹਿਗੜ੍ਹ ਨੂੰ ਕਿਹਾ, ਕਹਿੰਦਾ ਗਿਆਨੀ ਜੀ ਜੇ ਤੇਰੇ ਕੁੜੀ ਹੋ ਗਈ ਨਾ, ਸ਼ਰਧਾ ਨਾ ਤੋੜੀ।
ਉਹ ਵੀ ਬੜਾ ਪਤੰਦਰ ਸੀ, ਉਹ ਕਹਿੰਦਾ ਮਹਾਰਾਜ ਗੱਲ ਸੁਣ ਲਓ ਇੱਕ, ਵੀ ਮੇਰੀ ਸ਼ਰਧਾ ਤਾਂ ਜਿਹੜੀ ਹੈ ਉਹ ਮਹਾਰਾਜ ਜਾਣਦੇ ਨੇ, ਪਰ ਤੁਹਾਨੂੰ ਤਾਂ ਸ਼ਰਧਾ ਫਿਰ ਹੈ ਹੀ ਨਹੀਂ, ਜਿਹੜੇ ਪਹਿਲਾਂ ਹੀ ਕਹਿੰਦੇ ਉਹ ਕੁੜੀ ਹੋਊਗੀ। ਜੇ ਮਹਾਰਾਜ ਨੇ ਮੁੰਡੇ ਦਾ ਵਚਨ ਕੀਤਾ ਹੈ ਤੇ ਕੁੜੀ ਕਿਉਂ ਹੋਊਗੀ, ਮੇਰੀ ਤੈ ਸ਼ਰਧਾ ਹੈ। ਭਾਵੇਂ ਚੰਦਰਮਾ ਨਾਥ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ, ਭਾਵੇਂ ਚੰਦਰਮਾ ਨਾਥ ਹੋ ਜਾਵੇ, ਸੰਤਾਂ ਦਾ ਬੋਲ ਨਾ ਟਲੇ, ਬਿਨਾਸੀ ਜੇਰ ਬਿਨਾਸੀ ਉਤ ਕੁਝ ਸੇਤ ਬਿਨਾਦਾ, ਚਾਰ ਬਿਨਾਸੀ ਖਟਹਿ ਬਿਨਾਸੀ, ਇੱਕ ਸਾਧ ਵਚਨ ਨਹੀਂ ਚਲਾਦਾ। ਜਾਣੀ ਸਾਧੂਆਂ ਦਾ ਕੀਤਾ ਹੋਇਆ ਵਚਨ ਕਦੇ ਮੁੜਦਾ ਨਹੀਂ। ਆਮ ਕਹਾਵਤ ਹੈ, ਕਈ ਕਹਿੰਦੇ ਬਾਣੀ ਦੀ ਨਹੀਂ ਹੈ, ਆਮ ਕਹਾਵਤ ਹੈ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਤਾ ਨਾ ਜਾਏ। ਬਾਣੀ 'ਚ ਨਹੀਂ ਆਉਂਦੀ ਇਹ ਗੱਲ, ਕਈ ਦਫ਼ਾ ਅਸੀਂ ਗਲਤ ਗੱਲਾਂ ਹੀ ਲਿਖੀ ਜਾਂਦੇ ਹਾਂ। ਨਾਨਕ ਨੀਵਾਂ ਸੋ ਚੱਲੇ ਜੋ ਚੱਲੇ, ਇਹ ਹੁਣ ਨਾਨਕ ਨੀਵਾਂ ਤਾਂ ਕਿਤੇ ਹੈ ਹੀ ਨਹੀਂ ਬਾਣੀ 'ਚ, ਮਿੱਠਤ ਨੀਵੀਂ ਨਾਨਕਾ ਤਾਂ ਹੈ, ਹੋਰ ਬਹੁਤ ਕੁਛ ਹੈ। ਪਹਿਲੀ ਗੱਲ ਇਹ, ਹੁਣ ਖਿਆਲ ਸੁੱਤੇ ਸੁੱਤੇ ਇਸ ਗੱਲ ਚੱਲਦੀ ਹੈ, ਜਿੰਨੇ ਕੁ ਆਪਾਂ ਬੈਠੇ ਹਾਂ ਅੱਜ ਤੋਂ ਪਰਣ ਕਰੋ ਵੀ ਗੱਡੀ 'ਤੇ ਕੋਈ ਪੰਗਤੀ ਨਹੀਂ ਲਿਖਾਂਗੇ ਬਾਣੀ ਦੀ, ਪਿੱਛੇ ਲਿਖ ਦਿੰਦੇ ਹਾਂ ਇਹ ਵੀ ਦਾਤ ਤੇਰੀ ਦਾ ਤਾਰ ਜਾਂ ਰਾਖਾ ਏਕ ਹਮਾਰਾ ਸਵਾਮੀ। ਜਿੰਨੀ ਗੰਦਗੀ, ਜਿੰਨਾ ਗੋਹਾ, ਜਿੰਨਾ ਕੂੜਾ ਕਰਕਟ ਉਹ ਜਦੋਂ ਮੀਂਹ ਪੈਂਦਾ ਹੈ ਉਹ ਸਾਰਾ ਉਹਦੇ ਉੱਤੇ ਪੈਂਦਾ ਨਹੀਂ ਬਾਣੀ ਦੇ, ਕਿੱਡੇ ਵੱਡੇ ਦੋਸ਼ੀ ਹਾਂ ਆਪਾਂ। ਉਹ ਲਿਖਣ ਦਾ ਕੀ ਫਾਇਦਾ, ਕਿੰਨੀ ਕੁ ਤੇਰੇ ਹਿਰਦੇ 'ਚ ਵਸ ਜੂਗੀ, ਇਹਨੂੰ ਤਾਂ ਹਿਰਦੇ 'ਚ ਵਸਾਉਣਾ ਸੀ ਬਾਣੀ, ਇਹ ਲਿਖ ਲਿਖ ਕੇ ਨਹੀਂ ਕੁਛ ਬਣਨਾ, ਹਿਰਦੇ ਹੀ ਲਿਖ ਲਏ ਹੋ। ਮਹਾਰਾਜ ਕਹਿੰਦੇ ਹਿਰਦੇ 'ਤੇ ਲਿਖ ਲੈ ਇਹਨੂੰ, ਕੰਧਾਂ 'ਤੇ ਲਿਖਣ ਨਾਲ ਨਹੀਂ ਕੁਛ ਬਣਨਾ, ਅਤੇ ਬਾਕੀ ਗੱਡੀਆਂ 'ਤੇ ਲਿਖਣ ਨਾਲ ਕੁਛ ਨਹੀਂ। ਕਦੇ ਵੀ ਪੰਗਤੀ ਨਹੀਂ ਲਿਖਣੀ, ਨਾ ਟਰੱਕਾਂ 'ਤੇ ਨਾ ਗੱਡੀ 'ਤੇ, ਕੋਸ਼ਿਸ਼ ਕਰਿਓ ਵੀ ਜਿਨ੍ਹਾਂ 'ਤੇ ਲਿਖੀ ਹੋਈ ਆ ਉਹਨਾਂ ਨੂੰ ਮਟੇ ਦਿਓ। ਬੜਾ ਭਾਰੀ ਪਾਪ ਕਰ ਰਹੇ ਆਪਾਂ, ਦੋਸ਼ ਲੱਗ ਰਿਹਾ ਆਪਾਂ ਨੂੰ, ਤਦੇ ਕਹਿੰਦੇ ਜੀ ਟਰੱਕ ਚੱਲਦੇ ਨੇ ਜੀ, ਘਾਟਾ ਬੜਾ ਪੈ ਰਿਹਾ ਜੀ, ਪਤਾ ਨਹੀਂ ਜੀ, ਮਿਹਨਤ ਬੜੀ ਕਰਦੇ ਹਾਂ। ਉਹ ਇੱਕ ਪਾਸੇ ਤੂੰ ਬਾਣੀ ਦੀ ਬੇਅਦਬੀ ਕਰੀ ਜਾ ਰਿਹਾ, ਅਤੇ ਘਰ 'ਚ ਬਰਕਤ ਕੀ ਹੋਣੀ ਹੈ, ਬਸ ਤੈਨੂੰ ਸਮਝ ਨਹੀਂ ਹੈ, ਪਤਾ ਨਹੀਂ ਭੁਲੇਖਾ ਤੇਰਾ ਭਰਮ ਹੈ, ਭੁਲੇਖੇ ਦੇ ਵਿੱਚ, ਅਗਿਆਨਤਾ ਦੇ ਵਿੱਚ ਹੋ ਜਾਂਦਾ। ਪਰ ਕੋਈ ਗੱਲ ਨਹੀਂ, ਮਹਾਰਾਜ ਜੀ ਫਿਰ ਬਖਸ਼ ਦਿੰਦੇ ਨੇ ਜਦੋਂ ਅਸੀਂ ਗਲਤੀ ਮੰਨ ਲੈਂਦੇ ਹਾਂ ਵੀ ਮਹਾਰਾਜ ਜੀ ਇਹ ਤਾਂ ਅਣਜਾਣੇ 'ਚ ਹੋਊਗੀ, ਅਣਜਾਣੇ 'ਚ, ਚਾਹੇ ਜਾਣੇ ਅਣਜਾਣੇ ਜਿਵੇਂ ਵੀ ਹੈ, ਗਲਤੀ ਤਾਂ ਗਲਤੀ ਹੈ ਨਾ ਸਾਧ ਸੰਗਤ। ਜੇ ਹੁਣ ਅਣਜਾਣੇ 'ਚ ਬੰਦਾ ਤੁਰਿਆ ਜਾਂਦਾ ਅਤੇ ਖੂਹ ਦੇ ਵਿੱਚ ਡਿੱਗ ਪਏ, ਕਹਿੰਦਾ ਅਣਜਾਣੇ ਡਿੱਗ ਪਿਆ, ਮਰ ਤਾਂ ਫਿਰ ਵੀ ਜਾਣਾ,
ਜਾਣ ਕੇ ਛਾਲ ਮਾਰੇ ਤਾਂ ਵੀ ਮਰ ਜਾਣੇ, ਅਣਜਾਣ ਜੇ ਗਿਰ ਪਿਆ ਤਾਂ ਵੀ ਮਰ ਜਾਣਾ, ਗਲਤੀ ਤਾਂ ਗਲਤੀ ਹੈ ਨਾ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ। ਮਹਾਰਾਜ ਜੀ ਨੇ ਸੁਲੇਮਾਨ ਪ੍ਰੇਤ ਦਾ ਉਧਾਰ ਕੀਤਾ ਤੇ ਉਹ ਬੰਦੇ ਦੇ ਕਹਿਣ ਤੋਂ ਗਿਆਨੀ ਗਹਿਗੜ ਨੇ ਉੱਤਰ ਦਿੱਤਾ ਵੀ ਸ਼ਰਧਾ ਮਹਾਰਾਜ ਤੁਹਾਨੂੰ ਨਹੀਂ ਹੈ, ਜਿਹੜੇ ਤੁਸੀਂ ਕਹਿੰਦੇ ਹੋ ਕੁੜੀ ਨਾ ਕਿਤੇ ਹੋ ਜੇ। ਕਹਿੰਦੇ ਕਿਤੇ ਵਾਲੀ ਗੱਲ ਹੁੰਦੀ ਹੈ, ਸੰਤਾਂ ਦੀ ਕਹੀ ਹੋਈ ਕਦੇ ਕਿਤੇ ਹੁੰਦੀ ਹੈ? ਜੇ ਆ ਤਾਂ ਗੱਲ ਹੀ ਨਹੀਂ ਰਹਿ ਜਾਂਦੀ, ਉੱਥੇ ਸਪਸ਼ਟ ਹੈ ਜਾਂ ਇਹ ਜਾਂ ਉਹ, ਬਸ ਵਿਚਾਲਾ ਵਿਚਾਲਾ ਨਹੀਂ ਹੈ ਉੱਥੇ, ਜਾਂ ਆਰ ਜਾਂ ਪਾਰ, ਐਸਾ ਹੀ ਹੈ ਨਾ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਜਾਂ ਆਰ ਜਾਂ ਪਾਰ। ਇਸੇ ਕਰਕੇ ਮਹਾਰਾਜ ਜੀ ਨੇ ਸਾਨੂੰ ਬੜੀ ਕਿਰਪਾ ਕਰਕੇ ਬਹੁਤ ਕੁਝ ਸਿਖਾਇਆ ਆਪਾਂ ਨੂੰ। ਉਹਨਾਂ ਦੀਆਂ ਬਚਨਾਂ ਨੂੰ ਵਾਰ ਵਾਰ ਯਾਦ ਕਰਿਆ ਕਰੋ, ਉਹਨਾਂ ਦੀ ਸੀੜੀਆਂ ਦੇਖਿਆ ਕਰੋ, ਫਿਰ ਉਹਨਾਂ 'ਤੇ ਅਮਲ ਵੀ ਕਰਿਆ ਕਰੋ। ਸੁਣਨ ਤੋਂ ਬਾਅਦ ਅਮਲ ਕਰਨਾ ਹੁੰਦਾ, ਸੁਣਿਆ ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ। ਮਹਾਰਾਜ ਜੀ ਇਤਨੀ ਦੁਨੀਆਂ ਦਾ ਉਧਾਰ ਕਰਕੇ ਫਿਰ ਆਪਣੀ ਮੌਜ ਵਿੱਚ ਇੰਗਲੈਂਡ ਵਿੱਚ ਸਰੀਰ ਛੱਡਣ ਵਾਸਤੇ ਗਏ ਸਨ। ਉੱਥੇ ਜਦੋਂ ਦੂਸਰੀ ਦਫ਼ਾ ਗਏ ਮਹਾਰਾਜ ਜੀ, ਪ੍ਰੋਗਰਾਮ ਬਣਿਆ, ਜਿਵੇਂ ਜਿਵੇਂ ਬਣਾਇਆ ਗਿਆ ਸੀ ਮਹਾਰਾਜ ਜੀ ਨੇ ਬਦਲ ਦਿੱਤਾ ਪ੍ਰੋਗਰਾਮ। ਮਾਸਟਰ ਜੀ ਪ੍ਰੋਗਰਾਮ ਬਣਾਉਂਦੇ ਹੁੰਦੇ ਸਨ ਵੀ ਜਿਹੜੇ ਉੱਥੇ ਦੀਵਾਨ ਲੱਗਣੇ ਨੇ ਬੋਲੋਰ ਹੈਂਪਟਨ, ਉਹਨੇ ਬਣਾ ਲਿਆ ਪ੍ਰੋਗਰਾਮ ਵੀ ਪਹਿਲਾਂ ਲਾਵਾਂਗੇ ਮਹਾਰਾਜ ਜੀ ਅਤੇ ਬਾਅਦ ਵਿੱਚ ਇੱਧਰ ਆ ਕੇ ਫਿਰ ਇੱਥੋਂ ਆਪਾਂ ਸਾਊਥ ਹਾਲ ਤੋਂ ਫਿਰ ਨੇੜੇ ਹੈ, ਫਿਰ ਇੱਥੋਂ ਆਪਾਂ ਏਅਰਪੋਰਟ 'ਤੇ ਫਿਰ ਆਪਾਂ ਜਹਾਜ਼ ਚੜ੍ਹ ਜਾਂਗੇ। ਮਹਾਰਾਜ ਜੀ ਨੂੰ ਤਾਂ ਪਤਾ ਸੀ ਵੀ ਜਹਾਜ਼ ਤਾਂ ਚੜ੍ਹਨਾ ਹੀ ਨਹੀਂ। ਮਹਾਰਾਜ ਕਹਿੰਦੇ ਵੀ ਪਹਿਲਾਂ ਇੱਧਰਲਾ ਪ੍ਰੋਗਰਾਮ ਕਰਕੇ ਫਿਰ ਬੋਲੋ ਹੈਂਪਟਨ ਜਾਣਾ। ਕਹਿੰਦਾ ਮਹਾਰਾਜ ਜੀ ਐ ਆਪਾਂ ਕਹਿੰਦੇ ਬਸ ਤੈਨੂੰ ਕਹਿਤਾ, ਹਾਲਾਂਕਿ ਪਹਿਲਾਂ ਅੱਗੇ ਮਹਾਰਾਜ ਨਹੀਂ ਸੀ ਕੋਈ ਖਿਆਲ ਕਰਦੇ, ਚਲੋ ਜਿੱਥੇ ਦੀਵਾਨ ਦੇ ਤੇ ਠੀਕ ਹੈ, ਪਰ ਹੁਣ ਮਹਾਰਾਜ ਜੀ ਕਹਿੰਦੇ ਵੀ ਪਹਿਲਾਂ ਇੱਧਰ ਪ੍ਰੋਗਰਾਮ ਸਾਰਾ ਕਰਕੇ ਅਤੇ ਫਿਰ ਬੋਲੋ ਹੈਂਪਟਨ ਲਾਸਟ ਵਿੱਚ ਲਾਉਣੇ ਨੇ ਦੀਵਾਨ, ਉਦੋਂ ਬਾਅਦ ਕਹਿੰਦੇ ਫਿਰ ਕਮੈਂਟਰੀ। ਕਮੈਂਟਰੀ ਤਾਂ ਫਿਰ ਲੱਗੇ ਹੀ ਨਹੀਂ, ਹਨ ਵਾਲ ਸਾਲ ਲੱਗਣੇ ਸਨ, ਵਾਲ ਸਾਲ ਫਿਰ ਦੇਖਣੇ ਗਏ ਸਨ ਜੈਦਾਰ ਮਹਾਰਾਜ ਜੀ ਔਰ ਮਾਸਟਰ ਜੀ ਸਵੇਰੇ, ਕਿਉਂਕਿ ਉਦਣ ਤੋਂ ਉਹ ਇੱਕ ਦਿਨ ਰਹਿੰਦਾ ਸੀ ਦੀਵਾਨ ਦਾ, ਅਗਲੇ ਦਿਨ ਦੀਵਾਨ ਸ਼ੁਰੂ ਹੋਣੇ ਸਨ। ਇੱਕ ਦਿਨ ਪਹਿਲਾਂ ਵੀ ਚਲੋ ਆਪਾਂ ਸੁਬਹਾ ਸੁਬਹਾ ਜਾ ਕੇ ਦੇਖ ਆਈਏ ਜਗ੍ਹਾ, ਕਿਉਂਕਿ ਮਹਾਰਾਜ ਜੀ ਦਾ ਕਿਹਾ ਹੋਇਆ ਸੀ ਵੀ ਜਥੇਦਾਰ ਨੂੰ ਵੀ ਤੁਸੀਂ ਜ਼ਰੂਰ ਜਾ ਕੇ ਉਹ ਜਗ੍ਹਾ ਦੇਖ ਲਿਆ ਕਰੋ ਵੀ ਉਹ ਠੀਕ ਹੈ ਦੀਵਾਨ ਵਾਸਤੇ। ਜੈਦਾਰ ਮਹਾਰਾਜ ਜੀ ਫਿਰ ਜਾਂਦੇ ਦੇਖ ਕੇ ਆਉਂਦੇ, ਜੇ ਨੇੜੇ ਰੂੜੀਆਂ ਰਾੜੀਆਂ ਪਿੰਡਾਂ ਵਿੱਚ ਹੁੰਦੇ ਸੀ ਨਾ ਦੀਵਾਨ, ਰੂੜੀਆਂ ਨੇ ਉਹਦਾ ਮੁਸ਼ਕ ਆਉਂਦਾ, ਮਹਾਰਾਜ ਜੈਦਾਰ ਮਹਾਰਾਜ ਜੀ ਕਹਿੰਦੇ ਵੀ ਇਹ ਬਦਲ ਦਿਓ ਇੱਥੋਂ, ਹਾਲਾਂਕਿ ਜੈਦਾਰ ਮਹਾਰਾਜ ਜੀ ਕਹਿੰਦੇ ਮੈਨੂੰ ਤਾਂ ਮੁਸ਼ਕ ਆਉਂਦਾ ਹੀ ਨਹੀਂ, ਕਹਿੰਦੇ ਫਿਰ ਨਾਲ ਕਿਤੇ ਹੋਰ ਨੂੰ ਲਿਜਾਣਾ ਬਾਬਾ ਜੀ ਨੇ, ਕਦੇ ਹਜ਼ੂਰਾਂ 'ਚ ਉਹਨੂੰ ਬਈ ਤੂੰ ਦੇਖੀ ਉੱਥੇ ਮੈਨੂੰ ਤਾਂ ਮੁਸ਼ਕ ਆਉਂਦਾ ਹੀ ਨਹੀਂ, ਕਹਿੰਦੇ ਤੂੰ ਦੇਖੀ ਵੀ ਉੱਥੇ ਆਉਂਦਾ ਮੁਸ਼ਕ ਕਿ ਨਹੀਂ ਆਉਂਦਾ, ਫਿਰ ਉੱਥੋਂ ਬਦਲ ਦੇਣਾ ਵੀ ਇੱਥੇ ਰੂੜੀਆਂ ਦੇ ਨੇੜੇ ਜਾਂ ਹੋਰ ਵੀ ਦੀਵਾਨ ਪਵਿੱਤਰ ਜਗ੍ਹਾ ਜਿੱਥੇ ਕੋਈ ਰੂੜੀਆਂ ਨਾ ਹੋਣ, ਕੋਈ ਗੰਦਗੀ ਨਾ ਹੋਵੇ, ਉੱਥੇ ਦੀਵਾਨ ਲੱਗਣੇ ਚਾਹੀਦੇ। ਦੀਵਾਨ ਦੀ ਜਗ੍ਹਾ ਦੇਖਣ ਵਾਸਤੇ ਗਏ ਨੇ ਅਤੇ ਆਉਂਦਿਆਂ ਨੂੰ ਮਹਾਰਾਜ ਜੀ ਸਮਾਧੀ ਲੱਗੀ ਹੈ ਪਰ ਬੋਲੇ ਨਹੀਂ, ਬੁਲਾਉਂਦੇ ਤਾਂ ਹੈ ਹੀ ਨਹੀਂ ਸੀ ਜੈਦਾਰ ਮਹਾਰਾਜ ਜੀ, ਬੁਲਾਉਂਦੇ ਥੋੜ੍ਹੀ ਸੀ ਜਦੋਂ ਬੈਠੇ ਨੇ ਸਿੱਧੇ ਇਸ ਤਰ੍ਹਾਂ, ਫਿਰ ਕਿਸੇ ਦੀ ਹਿੰਮਤ ਥੋੜ੍ਹੀ ਸੀ ਵੀ ਕੋਈ ਬੁਲਾ ਲੈਂਦਾ। ਇੱਕ ਦਿਨ ਪਹਿਲਾਂ ਫਿਰ ਸਾਰੇ ਬਚਨ ਕੀਤੇ ਨੇ ਵੀ ਜਥੇਦਾਰਾ ਵੀ ਹੁਣ
ਤਕਰੀਬਨ 70 ਸਾਲ ਹੋ ਗਏ ਸਰੀਰ ਵਿੱਚ ਆਇਆ, ਵਾਹਿਗੁਰੂ ਨੇ ਭੇਜਿਆ ਸੀ। ਹੁਣ ਅਸੀਂ ਇੱਕ ਸਕਿੰਟ ਵੀ ਹੁਣ ਤੱਕ ਆਰਾਮ ਨਹੀਂ ਕੀਤਾ, ਜਿੰਨੀ ਡਿਊਟੀ ਸੀ ਅਸੀਂ ਪੂਰੀ ਕਰਤੀ ਹੈ। ਹੁਣ ਅਸੀਂ ਰੱਬ ਦੀ, ਵਾਹਿਗੁਰੂ ਦੀ, ਪਰਮੇਸ਼ਰ ਦੀ ਗੋਦ ਵਿੱਚ ਆਰਾਮ ਕਰਾਂਗੇ। ਜਦੋਂ ਵਾਹਿਗੁਰੂ ਭੇਜੇਗਾ ਫਿਰ ਆ ਜਾਵਾਂਗੇ। ਇਹਦਾ ਮਤਲਬ ਭੇਜਿਆ ਸੀ ਨਾ ਪਰਮੇਸ਼ਰ ਨੇ ਉਹਨਾਂ ਨੂੰ, ਤਾਂ ਹੀ ਆਏ ਸੀ। ਵਾਹਿਗੁਰੂ ਭੇਜਦਾ ਹੈ, ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾ ਹੀ ਦੂਰ, ਨਾਨਕ ਭਰਮ ਭਉ ਮਿਟ ਗਏ, ਰਮਣ ਰਾਮ ਭਰਪੂਰ। ਇਹੋ ਜਿਹੇ ਬਚਨ ਬਹੁਤ ਕੀਤੇ ਵੈਰਾਗ ਬਈ। ਜਦੋਂ ਥੱਲੇ ਆਏ ਅਸੀਂ ਉੱਪਰ ਸੇਵਾ ਕਰਦੇ ਹੁੰਦੇ ਸੀ ਮਹਾਰਾਜ ਜੀ ਦੀ, ਜਹਿਦਾਰ ਜੀ ਉਦਣ ਸਾਨੂੰ ਸਾਰੇ ਇਕੱਠੇ ਖੜੇ ਸਾਂ, ਅਸੀਂ ਕਹਿੰਦੇ ਨਿੱਕਿਓ ਅਸੀਂ ਬੋਲ ਲੈਂਦੇ, ਕਹਿੰਦੇ ਨਿੱਕਿਓ ਮਹਾਰਾਜ ਦੇ ਅੱਜ ਬਚਨਾਂ ਤੋਂ ਐਂ ਲੱਗਦਾ ਵੀ ਮਹਾਰਾਜ ਹੁਣ ਸਰੀਰ ਛੱਡ ਦੇਣਗੇ। ਪਤਾ ਤਾਂ ਜੀ ਇੱਕ ਵਿਅੰਗ ਹੀ ਹੁੰਦਾ ਮਹਾਂਪੁਰਸ਼ਾਂ ਦਾ, ਸਿੱਧੀ ਗੱਲ ਨਹੀਂ ਕਰਦੇ, ਸਿੱਧਾ ਹੀ ਕਹਿ ਦਿੰਦੇ, ਨਹੀਂ ਤਾਂ ਵੀ ਕੱਲ ਨੂੰ ਸਰੀਰ ਛੱਡਣਾ ਮਹਾਰਾਜ ਜੀ ਨੇ। ਕਹਿੰਦੇ ਇਹ ਵੀ ਉਹਨਾਂ ਦੇ ਬਚਨਾਂ ਤੋਂ ਅੱਜ ਅਨੁਭਵ ਹੋਇਆ ਮੈਨੂੰ ਬਈ ਮਹਾਰਾਜ ਜੀ ਹੁਣ ਸਰੀਰ ਛੱਡ ਦੇਣਗੇ। ਨਾਲ ਇੱਕ ਹੋਰ ਗੱਲ ਕਹੀ, ਕਹਿੰਦੇ ਜੇ ਸਮਾਂ ਲੱਗਿਆ ਨਾ ਕੱਲ ਨੂੰ, ਨਾਲ ਇਹ ਗੱਲ ਕਹੀ ਜੇ ਸਮਾਂ ਲੱਗਿਆ ਜੀ, ਤਾਂ ਮੈਂ ਕੱਲ ਨੂੰ ਇਹ ਬੇਨਤੀ ਕਰ ਦੇਣੀ ਹੈ ਵੀ ਮਹਾਰਾਜ ਜੀ ਤੁਹਾਡੇ ਸਰੀਰ ਵਿੱਚ ਤਾਕਤ ਬੜੀ ਹੈ, ਬਈ ਤੁਹਾਡੇ ਸਰੀਰ ਨੂੰ ਅਸੀਂ ਸਾਂਭ ਨਹੀਂ ਸਕਦੇ, ਬਈ ਜੇ ਤੁਸੀਂ ਜਾਣਾ ਸਣੇ ਦੇ ਹੀ ਚਲੇ ਜਾਇਓ, ਸਰੀਰ ਨਾ ਛੱਡਿਓ ਇੱਥੇ। ਇਹ ਸਾਡੇ ਨਾਲ ਗੱਲਾਂ ਕੀਤੀਆਂ, ਪਰ ਦੂਜੇ ਦਿਨ ਤਾਂ ਸਮਾਂ ਹੀ ਨਹੀਂ, ਸਮਾਂ ਮਿਲਿਆ ਹੀ ਨਹੀਂ ਹੈ ਸਾਧ ਸੰਗਤ ਨੂੰ। ਸਹਿਜ ਕਰਕੇ ਮਹਾਰਾਜ ਜੀ ਦਾ ਸੰਸਾਰ ਤੋਂ ਜਾਣਾ ਜਗਿਆਸੂਆਂ ਵਾਸਤੇ ਇੱਕ ਬਹੁਤ ਦੁੱਖ ਦਾ ਸਮਾਂ ਹੁੰਦਾ ਹੈ। ਵਿਛੋੜਾ ਸੁਣੇ ਸਭ ਤੋਂ ਵੱਡਾ ਦੁੱਖ ਵੈਸੇ ਵਿਛੋੜੇ ਦਾ ਮੰਨਿਆ ਗੁਰਮਤ ਵਿੱਚ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਪਰ ਪਹਿਲਾ ਦੁੱਖ ਹੈ ਵਿਛੋੜੇ ਦਾ, ਵਿਛੋੜਾ ਸੁਣੇ ਦੁੱਖ ਵਿੰਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਧਿਰੋਦ। ਕਿਉਂਕਿ ਅਸੀਂ ਪ੍ਰਦੇਸ਼ਾਂ ਵਿੱਚ ਸਾਂ ਨਾ, ਉੱਥੇ ਇੱਕ ਉਮਰ ਬੜੀ ਛੋਟੀ ਸੀ ਸਾਡੀ, ਦੋ ਤਿੰਨ ਜਾਣੇ, ਅਮਰੀਕ ਚੋਂ ਵੀ, ਭਾਈ ਕੁਲਦੀਪ ਸਿੰਘ ਵੀ, ਮਿਣਕੂ ਕਹਿੰਦੇ ਹਾਂ ਜਿਹਨੂੰ, ਥੋੜ੍ਹੀ ਥੋੜ੍ਹੀ ਉਮਰ ਦੇ ਹੀ ਸਨ, 22, 23, 24, 25, ਬਸ ਇੰਨੀ ਕੁ ਉਮਰ ਦੇ, ਸੋਝੀ ਨਹੀਂ ਸੀ ਇੰਨੀ। ਅਤੇ ਜਦੋਂ ਮਹਾਰਾਜ ਸਰੀਰ ਛੱਡ ਦਿੱਤਾ, ਸਮਝ ਨਹੀਂ ਸੀ ਆਉਂਦੀ ਅਤੇ ਕਰੀਏ ਅਤੇ ਕੀ ਕਰੀਏ। ਇਹ ਸੱਚੀ ਗੱਲ ਹੈ ਵੀ ਸਾਨੂੰ ਪਤਾ ਨਹੀਂ ਕੀ ਹੋ ਗਿਆ ਸੀ ਵੀ ਸਾਨੂੰ ਇਸ਼ਨਾਨ ਕਰਨ ਵਾਸਤੇ ਕਛਹਿਰੇ ਵੀ ਨਹੀਂ ਲੱਭੇ ਹਨ। ਇੱਕ ਕਛਹਿਰਾ ਪਾ ਕੇ, ਗਿੱਲਾ ਹੀ ਪਾ ਪਾ ਕੇ ਸਾਰੇ ਨਹਾਉਂਦੇ ਰਹੇ, ਪਤਾ ਨਹੀਂ ਕਿੱਧਰ ਨੂੰ ਚਲੇ ਗਏ ਕਛਹਿਰੇ, ਕੁਛ ਪਤਾ ਹੀ ਨਹੀਂ ਸੀ ਲੱਗਦਾ ਵੀ ਹੋਵੇਗਾ ਤਾਂ ਕੀ ਹੋਵੇਗਾ ਅਤੇ ਹੁਣ ਕੀ ਕਰਾਂਗੇ, ਇਹ ਜ਼ਿੰਦਗੀ ਕਿਵੇਂ ਬਤੀਤ ਹੋਵੇਗੀ। ਇਹੋ ਜਿਹੇ ਸਮੇਂ ਜਿਨ੍ਹਾਂ ਦੇ ਨਾਲ ਬੀਤਦੀ ਹੈ ਸਾਧ ਸੰਗਤ, ਉਹੀ ਜਾਣਦਾ ਹੈ। ਜੇ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ, ਜੇ ਤਨ ਲੱਗੀਆਂ ਸੋਈ
ਸੋ ਜਾਣੈ ਪੀਰ ਰਾਮ ਭਗਤ ਅਣਿਆਲੇ ਤੀਰ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ ਜਿਹਨੂੰ ਲੱਗਦੀ ਹੈ ਉਹੀ ਜਾਣਦਾ ਹੈ। ਸੋ ਕਬੀਰ ਸਾਹਿਬ ਜੀ ਤਦੇ ਕਥਨ ਕਰਦੇ ਹਨ ਵੀ ਜਿਨ੍ਹਾਂ ਦੇ ਨਾਲ ਇਹ ਬੀਤੀ ਜਿਨ੍ਹਾਂ ਦੇ ਨਾਲ ਇਹ ਸਮਾਂ ਹੰਢਾਇਆ ਜਿਨ੍ਹਾਂ ਨੇ ਤੋ ਇਹ ਦੁੱਖ ਨੂੰ ਜਾਣਦੇ ਹਨ ਅਤੇ ਉਹ ਬੋਹਰੇ ਹੋ ਜਾਂਦੇ ਹਨ। ਰਾਮ ਵਿਯੋਗੀ ਨਾ ਜੀਏ, ਕਹਿੰਦੇ ਜਿਉਂਦਾ ਤਾਂ ਨਹੀਂ ਉਹ, ਜੇ ਜਿਉਂਦਾ ਹੈ ਤਾਂ ਬੋਹਰਾ ਹੋ ਜਾਂਦਾ। ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੋਹਰਾ ਹੋਏ। ਸੋ ਖੈਰ ਇਹੋ ਜਿਹੇ ਸਮੇਂ ਜਿਨ੍ਹਾਂ ਨੇ ਹੰਢਾਏ ਅਤੇ ਉਹ ਸਮੇਂ ਨੂੰ ਯਾਦ ਕਰਕੇ ਸਾਧ ਸੰਗਤ ਮੁੜ ਕੇ ਜਿਵੇਂ ਇਹ ਕਹਿ ਲਓ ਵੀ ਜ਼ਖਮ ਅੱਲੇ ਹੋ ਜਾਂਦੇ ਨੇ, ਅੱਲੇ ਜ਼ਖਮਾਂ ਨੂੰ ਮੁੜ ਕੇ ਉਚੇੜ ਦੀਏ ਨਾ ਅਤੇ ਓਨਾ ਹੀ ਦੁੱਖ ਖੜਾ ਹੋ ਜਾਂਦਾ ਅਤੇ ਉਹ ਵਿਚਾਲੇ ਸਮੇਂ ਦਾ ਗੈਪ ਜਿਹੜਾ ਹੁੰਦਾ ਉਹ ਖਤਮ ਹੋ ਜਾਂਦਾ। ਸਮੇਂ ਦਾ ਗੈਪ ਹੀ ਹੈ ਨਾ 36 ਸਾਲ, ਜਦੋਂ ਬੀਤੀ ਸੀ ਉਹ ਤਾਂ ਫਿਰ ਉਹੀ ਸਾਹਮਣੇ ਆ ਜਾਂਦੀ ਹੈ ਨਾ, ਅਤੇ ਸਮੇਂ ਨੂੰ ਛੱਡ ਦਈਏ ਅਤੇ ਹੁਣੇ ਹੋ ਰਿਹਾ ਹੈ। ਹੁਣ ਹੀ ਮਾਨੋ ਮਹਾਰਾਜ ਜੀ ਸਰੀਰ ਛੱਡਿਆ ਹੋਇਆ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਕਿੱਧਰ ਚਲੇ ਗਏ, ਹੁਣ ਤਾਂ ਨਹੀਂ ਨਾ ਬੋਲਣਾ। ਤਦੇ ਭਗਤ ਰਵਦਾਸ ਜੀ ਬੇਨਤੀ ਕਰਦੇ ਨੇ ਕਾਰਨ ਕਵਨ ਅਬੋਲ, ਮਹਾਰਾਜ ਜੀ ਕੀ ਕਾਰਨ ਹੁਣ ਮੇਰੇ ਨਾਲ ਬੋਲਦੇ ਕਿਉਂ ਨਹੀਂ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਾਰਨ ਕਵਨ ਬੋਲ ਮੇਰੇ ਨਾਲ ਕਿਉਂ ਨਹੀਂ ਬੋਲਦੇ, ਕਾਰਨ ਕਵਨ ਬੋਲ ਮੇਰੇ ਨਾਲ ਕਿਉਂ ਨਹੀਂ ਬੋਲਦੇ। ਇਸ ਤਰ੍ਹਾਂ ਹਜ
36 ਸਾਲ ਯਾਨੀ 36ਵੀਂ ਬਰਸੀ ਸਾਰੀਆਂ ਸੰਗਤਾਂ ਬੜੇ ਪਿਆਰ ਉਤਸ਼ਾਹ ਪ੍ਰੇਮ ਨਾਲ ਮਨਾ ਰਹੀਆਂ ਨੇ। ਇਹ ਸਮੇਂ ਤੋਂ ਬਹੁਤ ਕੁਛ ਪ੍ਰਾਪਤ ਹੁੰਦਾ ਸਾਧ ਸੰਗਤ, ਇਹੋ ਹੀ ਕੁਛ ਹੈ ਆਪਣਾ ਜਪ ਤਪ, ਹੋਰ ਕੋਈ ਪੁੱਠੇ ਲਮਕਣਾ ਨਹੀਂ, ਕੋਈ ਧੂਣੀਆਂ ਨਹੀਂ ਤਪਣੀਆਂ, ਕੋਈ ਜਲ ਧਾਰੇ ਨਹੀਂ ਕਰਨੇ। ਮਹਾਰਾਜ ਦਾ ਬਚਨ ਹੈ ਕੱਲ ਮੈਂ ਇਹੋ ਪੁੰਨ ਬਸ ਗੁਣ ਗੋਬਿੰਦ ਗਾਹੇ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਹਰ ਕੀਰਤ ਸਾਧ ਸੰਗਤ ਹੈ ਇਹ ਕੀਰਤੀ ਕਰ ਹੀ ਰਹੇ ਹਾਂ। ਸਿਰ ਕਰਮਨ ਕੇ ਕਰਮਾ, ਪਰ ਪ੍ਰਾਪਤ ਕਿਹਨੂੰ ਹੁੰਦਾ ਹੈ, ਕਹੋ ਨਾਨਕ ਜਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ। ਭਾਗਾਂ ਵਾਲਿਆਂ ਨੂੰ ਇਹ ਸਮਾਂ ਮਿਲਦਾ ਹੈ, ਬਹੁਤੇ ਵੱਡੇ ਭਾਗ ਨੇ ਤੁਹਾਡੇ ਆਪਣੇ ਸਾਰਿਆਂ ਦੇ, ਤੁਹਾਡੇ ਤੇ ਸਾਡੇ ਕਹਿ ਲਓ, ਵੱਡੇ ਭਾਗ ਨੇ, ਪੁਰਬਲੇ ਚੰਗੇ ਕਰਮ ਨੇ। ਪੁਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲ ਥਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਅੱਜ 27 ਤਰੀਕ ਹੈ, 26 ਤਰੀਕ ਨੂੰ ਮਹਾਰਾਜ ਜੀ ਨੇ ਸਰੀਰ ਛੱਡਿਆ, 27 ਤਰੀਕ ਨੂੰ ਯਾਨੀ 26 ਨੂੰ ਸਵੇਰੇ 9:30 ਮਹਾਰਾਜ ਜੀ ਸਰੀਰ ਛੱਡਦੇ ਨੇ। ਫਿਰ ਮਹਾਰਾਜ ਦਾ ਸਰੀਰ ਬਰਾਬਰ ਦੇ ਕਮਰੇ ਵਿੱਚ ਰੱਖਿਆ ਗਿਆ ਅਤੇ ਨਾਲ ਬਰਫ਼ ਰੱਖੀ ਗਈ। 9:30 ਤੋਂ ਤੁਸੀਂ ਹਿਸਾਬ ਲਾ ਲਓ ਵੀ ਸਵੇਰੇ 3 ਵਜੇ ਤੱਕ 2:30 ਤੱਕ ਮਹਾਰਾਜ ਦੇ ਸਰੀਰ ਨੂੰ ਫਿਰ ਜਿੱਥੇ ਰੱਖਦੇ ਨੇ ਨਾ ਕੋਲਡ ਸਟੋਰ ਦੇ ਵਿੱਚ, ਉੱਥੇ ਲਿਜਾਣਾ ਸੀ। ਯਾਨੀ 2:30 ਤੱਕ ਜਥੇਦਾਰ ਮਹਾਰਾਜ ਜੀ ਨੇ ਨਾ ਕੋਈ ਪਾਣੀ, ਨਾ ਕੋਈ ਪ੍ਰਸ਼ਾਦਾ, ਨਾ ਕਿਰਿਆ, ਯਾਨੀ ਉੱਥੇ ਇੱਕੋ ਹੀ ਆਸਣ 'ਤੇ ਇੰਨੇ ਘੰਟੇ ਬੈਠੇ ਮੈਂ ਦੇਖੇ ਨੇ, ਕਿਉਂਕਿ ਪਿਆਰ ਸੀ ਨਾ, ਪਿਆਰਾ ਸੀ ਜਿਹੜਾ, ਜਿਨ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਬਤੀਤ ਕੀਤੀ ਸੀ ਅਤੇ ਅੱਜ ਉਹ ਛੱਡ ਕੇ ਚਲਿਆ ਗਿਆ, ਅਤੇ ਫਿਰ ਉਹ ਤਾਂ ਹੁਣ ਉਹੀ ਜਾਣਨਾ ਨਾ। ਬਾਬਾ ਹੀਰਾ ਸਿੰਘ ਦਾ ਇੱਕ ਭਰਾ ਸੀ ਉੱਥੇ, ਬਾਬਾ ਹੀਰਾ ਸਿੰਘ ਉਦੋਂ ਛੋਟਾ ਸੀ ਵੈਸੇ, ਉਹ ਗਿਆਨ ਜਿਹਾ ਬੜਾ ਗੱਲਾਂ ਬੜੀਆਂ ਕਰਦਾ ਹੁੰਦਾ ਸੀ, ਹੱਥ ਵੀ ਦੇਖਦਾ ਸੀ ਉਹ ਗੱਲਾਂ ਕਰਨ ਲੱਗ ਗਿਆ ਜੀ, ਇਹ ਤਾਂ ਬ੍ਰਹਮ ਗਿਆਨੀ, ਇਹ ਤਾਂ ਆਉਣ ਜਾਣ ਦਾ ਇਹਨਾਂ ਦਾ ਚੱਕਰ, ਜਾਣੀ ਗਿਆਨ ਦੀਆਂ ਗੱਲਾਂ ਕਰੇ। ਕਾਫੀ ਕੁਛ ਬੋਲੀ ਗਿਆ, 10 ਮਿੰਟ ਜਥੇਦਾਰ ਮਹਾਰਾਜ ਜੀ ਕਹਿੰਦੇ ਚੁੱਪ ਕਰੋ, ਇਹ ਕਹਿੰਦੇ ਅਸੀਂ ਸਭ ਕੁਝ ਜਾਣਦੇ ਹਾਂ, ਕਹਿੰਦੇ ਵਹਿ ਨਹੀਂ ਹੁੰਦਾ। ਜਾਣੀ ਮਹਾਰਾਜ ਨੂੰ ਉਹ ਫਿਰ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ, ਫੋਕਾ ਗਿਆਨ ਸੀ ਉਹ, ਜਿਹਦੇ ਅੰਦਰ ਗਿਆਨ ਹੈ ਉਹਨੂੰ ਇਹ ਗੱਲਾਂ ਗਿਆਨ ਦੀਆਂ, ਉੱਪਰਲੇ ਗਿਆਨ ਤੋਂ ਉਹਨਾਂ ਨੇ ਲੈਣਾ ਕੀ ਹੈ। ਜਿਹਦੇ ਅੰਦਰ ਦ੍ਰਿੜਤਾ ਹੈ, ਅੰਦਰੋਂ ਭਾਂਡਾ ਭਰਿਆ ਹੋਇਆ, ਬਾਹਰਲੇ ਛੋਛੇ ਭਾਂਡੇ ਬੋਲੀ ਜਾਂਦੇ ਨੇ, ਚੂਚਾ ਘੜ ਬੋਲਿਆ, ਭਰਿਆ ਹੋਇਆ ਤਾਂ ਕਾਬੂ ਨਾ ਡੋਲਿਆ। ਸੋ ਇਸ ਤਰ੍ਹਾਂ ਜਾਣੀ 26 ਤਰੀਕ ਨੂੰ ਸਵੇਰੇ 9:30 ਸਰੀਰ ਛੱਡਿਆ, ਅਤੇ ਆਪਾਂ 26 ਤਰੀਕ ਨੂੰ ਰਾਤ ਨੂੰ ਫਿਰ ਰੈਣ ਸਵਾਈ ਕੀਰਤਨ ਕਰਦੇ ਹਾਂ। ਇਸੇ ਕਰਕੇ ਆਹ 27 ਤਰੀਕ ਹੋ ਗਈ, ਹੁਣ ਆਸਾਈ ਵਾਰ ਦਾ ਕੀਰਤਨ ਹੋਣਾ, ਬੀਬੀਆਂ ਕਰਨਗੀਆਂ, ਰਜਵਾੜਾ ਸਾਹਿਬ ਵਾਲੀਆਂ, ਭਾਈ ਸੰਤੋਖ ਸਿੰਘ ਹੋਣੀ, ਅਤੇ
ਕੀਰਤਨ ਤੋਂ ਬਾਅਦ ਫਿਰ ਖੰਡ ਪਾਠਾਂ ਦੇ ਭੋਗ ਪੈਣੇ ਹਨ। ਉਸ ਤੋਂ ਬਾਅਦ ਫਿਰ ਖੰਡੇ ਬਾਟੇ ਦਾ ਅੰਮ੍ਰਿਤ। ਭਾਗਾਂ ਵਾਲਿਓ ਜਿਨ੍ਹਾਂ ਦਾ ਮਨ ਬਣ ਗਿਆ, ਜੇ ਨਹੀਂ ਬਣਿਆ ਅਜੇ ਵੀ ਮਨ ਬਣਾ ਲਓ, ਅਜੇ ਵਿਚਾਲੇ ਹੈਗੇ ਚਾਰ ਪੰਜ ਘੰਟੇ ਹੈਗੇ ਸੋਚਣ ਨੂੰ, ਪਰ ਸੋਚਣ ਦੀ ਕੀ ਲੋੜ ਹੈ? ਮਹਾਰਾਜ ਕਹਿੰਦੇ ਕਿਆ ਸੋਚਿਆ ਵਾਰੰਬਾਰ, ਕਿਆ ਤੂੰ ਸੋਚਿਆ, ਕਿਆ ਤੂੰ ਚਿੱਤ ਪੈ ਗਿਆ, ਤੂੰ ਕਰਿਆ ਵੀ ਕਿਹੜੀਆਂ ਵਿਚਾਰਾਂ ਚ ਪੈ ਗਿਆ? ਜਦੋਂ ਗੁਰੂ ਦੇ ਦਰ ਤੇ ਆ ਗਿਆ, ਸੋਚਾਂ ਸਭ ਛੱਡ ਦੇ, ਜੋ ਗੁਰੂ ਕਹਿ ਰਿਹਾ ਉਹ ਕਰੀ ਚੱਲ, ਬਸ ਆਪਣੀ ਮਤ ਛੱਡ ਦੇ ਵੀ ਮਹਾਰਾਜ ਜੋ ਕਹਿੰਦੇ ਹੋ ਠੀਕ ਹੈ, ਜੋ ਕਹਿੰਦੇ ਉਮਰ ਛੱਕ ਲਿਆ ਛੱਕ ਲਿਆ, ਅੱਜ ਤੇ ਗੇਹਦਾਰੀ ਨਹੀਂ, ਬੇਅਦਬੀ ਨਹੀਂ ਕਰਨੀ, ਅੱਜ ਤੇ ਨਸ਼ਾ ਨਹੀਂ ਕਰਨਾ, ਬਸ ਕਰ ਲਓ ਪਰਨ। ਕਈ ਦਿਨ ਤੋਂ ਬੇਨਤੀ ਵੀ ਕਰਦੇ ਆ ਰਹੇ ਹਾਂ ਵੀ ਜਿਹੜੇ ਭਰਨ ਕਰਨਗੇ ਨਾ ਤੇ ਜੇ ਉਹ ਆ ਜਾਣ ਹੁਣੀ, ਉਹਨਾਂ ਦਾ ਜੇ ਮਨ ਬਣ ਗਿਆ ਬਈ ਅੱਜ ਤੋਂ ਅਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਤੇ ਅਸੀਂ ਪੱਗਾਂ 100 ਲਿਆ ਕੇ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਦੇਣ ਵਾਸਤੇ, ਮੈਨੂੰ ਲੱਗਦਾ ਵੀ ਇੱਕ ਵੀ ਨਹੀਂ ਆਇਆ, 100 ਪੱਗ ਲਿਆਂਦੀ ਸੀ, ਨਾਲੇ ਉਹ ਵੀ ਬਾਹਰੋਂ ਕਨੇਡਾ ਚੋਂ ਉਹਨਾਂ ਨੇ ਪੈਸੇ ਭੇਜੇ ਸੀ ਵੀ ਜੇ ਕੋਈ ਇੰਨੇ 100 ਸਿੰਘ ਵੀ ਹੋਇਆ ਤੇ ਸਾਡਾ ਵੱਲੋਂ ਇੱਕ ਇੱਕ ਦਸਤਾਰ ਉਹਨਾਂ ਨੂੰ ਦੇਣੀ ਹੈ, ਉਹ ਅਸੀਂ ਤਾਂ ਲਿਆ ਕੇ ਰੱਖ ਲਈਆਂ ਬਈ ਫੇਰ ਸਹੀ, ਇਹ ਤਾਂ ਖੇਡ ਚੱਲੀ ਜਾਣੀ ਹੈ, ਕਿਹੜਾ ਮੁੱਕ ਗਈ ਹੈ? ਮਨ ਜਿੱਦਣ ਬਣ ਗਿਆ ਉਦਣ ਹੀ ਸਹੀ, ਆ ਜਾਓ ਉਦਣ ਹੀ ਸਿਰੋਂ ਪਾਓ ਦੇ ਦਿਆਂਗੇ, ਫੋਟੋ ਖਿੱਚ ਦਿਆਂਗੇ, ਅਖਬਾਰ 'ਚ ਫੋਟੋ ਦੇ ਦਿਆਂਗੇ, ਪਰ ਮਨ ਬਣਾ ਲਓ ਤੇ ਅੰਮ੍ਰ ਛਕਣਾ ਹੈ ਤੇ 27 ਤਰੀਕ ਫਿਰ 28 ਤਰੀਕ 29 ਤਰੀਕ ਦਾ ਦੀਵਾਨ ਆਪਣੇ ਮੱਸਿਆ ਦਾ ਹੈ ਜੈਦਾਰ ਮਹਾਰਾਜ ਜੀ ਜਨਮਨਗਰ, 30 ਤਰੀਕ ਦਾ ਫਿਰ ਬੀਬੀ ਜੀ ਵਿਰਗੇ ਵਾਲੇ ਉੱਥੇ ਰਾਤ ਦਾ ਦੀਵਾਨ ਹੁੰਦਾ ਹੈ, 31 ਤਰੀਕ ਫਿਰ ਭਗੌਰ ਸਾਹਿਬ ਹੈ, ਪਤਾ ਹੀ ਹੈ ਆਪ ਨੂੰ, ਖੁਦ ਥੋੜ੍ਹੀ ਕੋਸ਼ਿਸ਼ ਕਰਿਆ ਕਰੋ। ਕਹਿੰਦੇ ਹੁੰਦੇ ਹਾਂ ਅਸੀਂ ਅੱਗੇ ਵੀ ਕਹੀਦਾ ਹੈ ਵੀ ਜਿਹਨਾਂ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਆਪਣੀ ਖਾਤਰ ਲਾਈ, ਕਿ ਆਪਾਂ ਇੱਕ 100-100 ਰੁਪਈਆ ਪਾ ਕੇ ਇੱਕ ਗੱਡੀ ਕਰਕੇ ਨਹੀਂ ਉੱਥੇ ਜਾ ਸਕਦੇ, ਦੇਖਦੇ ਰਹਿੰਦੇ ਹੋ ਬਈ ਕੋਈ ਲੈ ਕੇ ਜਾਵੇ ਤੇ ਤਾਂ ਜਾਵਾਂਗੇ, ਜਾਂ ਜਿਹਨਾਂ ਦੇ ਪਾਸ ਹਨ ਉਹਨਾਂ ਨੂੰ ਕਹਾਂਗੇ ਵੀ ਇੱਕ ਇੱਕ ਦੋ ਨੂੰ ਬਿਠਾ ਲਿਆ ਕਰੋ ਤਾਂ ਕੀ ਫਰਕ ਪੈਂਦਾ ਹੈ, ਪਰ ਉਹਨਾਂ 'ਚ ਹੰਕਾਰ ਇੰਨਾ ਇਕੱਲਾ ਤਾਂ ਚੱਲਿਆ ਜਾਊ ਉਹ, ਪਰ ਉਹ ਕਿਸੇ ਨੂੰ ਬਿਠਾਏਗਾ ਨਹੀਂ। ਇਹੋ ਹੀ ਤਾਂ ਕੁਝ ਸਿੱਖਣਾ ਹੈ, ਜੇ ਕੁਝ ਸਿੱਖਿਆ ਨਹੀਂ ਬਸ ਇਹਦਾ ਮਤਲਬ ਬਸ ਸੋਵੀ ਜਾਏਗਾ ਖਾਲੀ, ਫਿਰ ਇਹ ਗੱਲਾਂ ਇੱਥੋਂ ਹੀ ਮਿਲਣੀਆਂ ਨੇ, ਇੱਥੋਂ ਹੀ ਸਿੱਖਣੀਆਂ ਨੇ ਆਪਾਂ ਨੇ। ਸੋ ਇਸ ਕਰਕੇ ਭਗੌਰ ਸਾਹਿਬ 31 ਤਰੀਕ ਰਾਤ ਨੂੰ 11 ਵਜੇ ਤੱਕ ਜੈਦਾਰ ਮਹਾਰਾਜ ਜੈਦਾਰ ਆਪਣੇ ਰਣਜੀਤ ਸਿੰਘ ਜੈਦਾਰ ਭਾਈ ਸਾਹਿਬ ਜੀ ਨੂੰ ਵੀ ਕਿਹਾ ਸੀ ਅੱਜ, ਉਹ ਕਹਿੰਦੇ ਕੋਸ਼ਿਸ਼ ਕਰਾਂਗੇ ਅਸੀਂ ਵੀ ਆਵਾਂਗੇ। 11 ਵਜੇ ਤੱਕ ਉੱਥੇ ਕੀਰਤਨ ਹੋਵੇਗਾ, 1 ਤਰੀਕ ਨੂੰ ਫਿਰ ਦਬਲਾਨ ਹੈ ਉੱਥੇ ਵੀ ਹੁੰਦਾ ਪ੍ਰੋਗਰਾਮ, 2 ਤੇ 3 ਤਰੀਕ ਦਾ ਦਿੱਲੀ ਦੀਵਾਨ ਹੈ, 4, 5, 6, 7 ਮਹਾਰਾਜ ਜੀ ਦੀ ਬਰਸੀ ਦੇ ਸੰਬੰਧ ਵਿੱਚ ਫਿਰ ਚਪੜ ਦੀਵਾਨ ਹਨ। ਇਸ ਤਰ੍ਹਾਂ ਇਹ ਸਾਰਾ ਪ੍ਰੋਗਰਾਮ ਇਸ ਤਰ੍ਹਾਂ ਦਾ ਹੈ। ਬਾਕੀ ਫਿਰ ਜੋ ਪਿੱਛੇ ਜੇ ਅਸੀਂ ਸ੍ਰੀ ਲੰਕਾ ਗਏ, ਉੱਥੇ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸਨ ਸ਼ਿਵਨਾਭ ਰਾਜੇ ਦੇ ਪਾਸ, ਪਰ ਉਹ ਗਏ ਪਹਿਲਾਂ ਇੱਕ ਸਿੱਖ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿਹਦਾ ਨਾਮ ਸੀ ਸਨਮੁਖ। ਉਹ ਸਿੱਖ ਵਪਾਰ ਕਰਦਾ ਹੁੰਦਾ ਤੇ ਸ਼ਿਪ ਲੈ ਕੇ ਜਾਂਦਾ ਸੀ, ਉੱਥੇ ਜਾਣਾ ਉਹਨੇ ਮਹੀਨਾ ਕੁ ਰਹਿਣਾ, 10 ਦਿਨ 20 ਦਿਨ ਰਹਿਣਾ, ਤੇ ਰਾਜਾ ਧਰਮੀ ਸੀ ਖੈਰ ਕਰਮਕਾਂਡੀ ਸੀ। ਉਹ ਕਿਸੇ ਨੇ ਕਿਹਾ ਵੀ ਇਹ ਨਹੀਂ ਕਰਮਕਾਂਡ ਕਰਦਾ ਜੀ, ਇਹਨੂੰ ਪੁੱਛਣਾ ਚਾਹੀਦਾ। ਰਾਜੇ ਨੇ ਬੁਲਾ ਲਿਆ ਸਿੱਖ ਨੂੰ,
ਵੀ ਤੂੰ ਵੀ ਆ ਕਰਮ ਕਾਂਡ ਅਸੀਂ ਜੋ ਕਰਦੇ ਹਾਂ ਕਰਿਆ ਕਰੋ। ਕਹਿੰਦੇ ਮੈਨੂੰ ਤਾਂ ਲੋੜ ਨਹੀਂ, ਮੈਨੂੰ ਤਾਂ ਗਿਆਨ ਹੈ। ਗਿਆਨਵਾਨ ਨੂੰ ਇਹਨਾਂ ਗੱਲਾਂ ਦੀ ਕੀ ਲੋੜ ਹੈ, ਤੁਸੀਂ ਕਰੋ ਵੀ। ਗਿਆਨ ਤੈਨੂੰ ਹੋਇਆ ਕਿੱਥੋਂ? ਨਹੀਂ ਮੈਨੂੰ ਗੁਰੂ ਮਿਲੇ ਪੂਰੇ, ਗੁਰੂ ਨਾਨਕ ਦੇਵ ਮਹਾਰਾਜ ਜੀ। ਸਿਆਣਾ ਸੀ ਰਾਜਾ, ਕਹਿੰਦਾ ਵੀ ਉਹਦੀ ਬਾਣੀ ਸੁਣਾ। ਫਿਰ ਉਹਨਾਂ ਦੀ ਬਾਣੀ ਸੁਣਾਈ ਤੇ ਵਾਕਈ ਸਮਝ ਆ ਗਈ ਸਿਆਣਾ ਹੋਣ ਕਰਕੇ ਵੀ ਵਾਕਿਆ ਗਿਆਨ ਹੈ। ਕੋਈ ਕੋਈ ਵਰਮ ਗਿਆਨੀ ਹੈ, ਕੋਈ ਰੱਬ ਦਾ ਰੂਪ ਹੈ ਜਿਹਦੀ ਬਾਣੀ ਹੈ ਇਹ। ਉਹਦੇ ਅਸਰ ਕਰ ਗਈ ਮਨ ਤੇ, ਕਹਿੰਦਾ ਵੀ ਮੈਨੂੰ ਦਰਸ਼ਨ ਕਰਾ। ਕਹਿੰਦਾ ਦਰਸ਼ਨ ਹੋਣਗੇ ਇੱਥੇ ਹੀ। ਮਹਾਰਾਜ ਜੀ ਆਪਣੀਆਂ ਗੱਲਾਂ ਨੂੰ ਜਾਣਦੇ ਨੇ, ਉਹ ਸਾਰੇ ਪਰਿਪੂਰਨ ਹਨ, ਉਹ ਕੋਈ ਇੱਕ ਦੇਸ਼ੀ ਨਹੀਂ ਹਨ, ਉਹ ਸਾਰੇ ਪਰਿਪੂਰਨ ਨੇ। ਇਸ ਕਰਕੇ ਉਹਨਾਂ ਨੂੰ ਤੂੰ ਯਾਦ ਕਰ, ਉਹਨਾਂ ਦਾ ਧਿਆਨ ਧਰ, ਇੱਥੇ ਦਰਸ਼ਨ ਦੇਣਗੇ। ਫਿਰ ਉਹਨੇ ਧਿਆਨ ਧਰਨਾ ਸ਼ੁਰੂ ਕਰ ਦਿੱਤਾ। ਜੋਤਸ਼ੀ ਨੇ ਦੱਸਿਆ ਸੀ ਉਹਦਾ ਬਾਗ ਜਿਹੜਾ ਸੀ ਉਹ ਸੁੱਕ ਗਿਆ। ਜੋਤਸ਼ੀਆਂ ਨੇ ਦੱਸਿਆ ਵੀ ਬਾਗ ਤੇਰਾ ਹਰਾ ਹੋਵੇਗਾ, ਕੋਈ ਵਰਮ ਗਿਆਨੀ ਰੱਬ ਦਾ ਰੂਪ ਆਵੇਗਾ, ਉਦੋਂ ਬਾਗ ਹਰਾ ਹੋਣਾ। ਮੇਰੇ ਵਰਗਿਆਂ ਨੇ ਕਮਰ ਕੱਥੇ ਕਰ ਲਏ, ਲਓ ਜੀ ਮੌਜਾਂ ਬਣ ਗਈਆਂ, ਹੁਣ ਤਾਂ ਰਾਜੇ ਦੇ ਰਹਾਂਗੇ ਜਾ ਕੇ। ਹੁਣ ਰਾਜੇ ਕਿਹੜਾ ਅੱਗੇ ਫਿਰ ਸਿਆਣੇ ਹੁੰਦੇ ਸੀਗੇ, ਉਹਨੇ ਫਿਰ ਪਰਖ ਸ਼ੁਰੂ ਕਰਨੀ, ਪਰਖ ਸ਼ੁਰੂ ਕਰ ਦਿੱਤੀ। ਪਰਖ ਵਿੱਚ ਉਹਨਾਂ ਨੇ ਸਾਰਿਆਂ ਨੇ ਫੇਲ ਹੋ ਜਾਣਾ, ਡੰਡੇ ਮਾਰ ਕੇ ਰਾਜੇ ਨੇ ਭਜਾ ਦੇਣਾ ਉਹਨਾਂ ਨੂੰ। ਅਖੀਰ ਜਦੋਂ ਸਤਿਗੁਰੂ ਗਏ ਨੇ ਤੇ ਬਾਗ ਹਰਾ ਹੋ ਗਿਆ, ਪਰਖ ਉਹਨੇ ਫਿਰ ਵੀ ਕੀਤੀ ਹੈ, ਲੜਕੀਆਂ ਭੇਜੀਆਂ, ਉਹਨਾਂ ਨ੍ਰਿਤਕਾਰੀ ਕੀਤੀ, ਹਾਵ ਭਾਵ ਕੀਤੇ। ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਗਾਛੋ ਪੁੱਤਰੀ ਰਾਜਕੁਮਾਰ। ਬਈ ਬਚਨ ਕਰਨ ਦੀ ਦੇਰ ਸੀ ਉਹਨਾਂ ਨੂੰ, ਉਸੇ ਵੇਲੇ ਸ਼ੁੱਧ ਬੁੱਧ ਭੁੱਲ ਗਈ, ਗਿਆਨ ਹੋ ਗਿਆ, ਆਪਣੇ ਆਪੇ ਦੀ ਸੋਝੀ ਆ ਗਈ ਉਹਨਾਂ ਨੂੰ, ਵਾਪਸ ਚਲੀਆਂ ਗਈਆਂ ਰਾਜੇ ਨੂੰ। ਕਹਿੰਦੀ ਪਿਤਾ ਜੀ, ਉਹ ਕਹਿੰਦਾ ਹੱਦ ਹੋ ਗਈ, ਅੱਜ ਤੁਸੀਂ ਪਿਤਾ ਜੀ ਕਹਿ ਰਹੇ ਹੋ ਮੈਨੂੰ। ਕਹਿੰਦੇ ਸਾਡੇ ਬਾਅਦ ਤਾਂ ਹੁਣ ਸਾਰੇ ਪਿਤਾ ਜੀ ਹਨ, ਸਾਡੀ ਨਿਗਾਹ ਇੱਥੇ ਹੀ ਹੋ ਗਈ, ਸਾਡੀ ਦ੍ਰਿਸ਼ਟੀ ਹੁਣ ਬਦਲ ਗਈ ਰਾਜਨ, ਸਾਨੂੰ ਪੂਰਾ ਗੁਰੂ ਮਿਲ ਗਿਆ। ਜਦੇ ਹੀ ਰਾਜਾ ਤਾਂ ਭੱਜਿਆ ਫਿਰ, ਪਰ ਮਹਾਰਾਜ ਜੀ ਨੇ ਫਿਰ ਉਹਦੀ ਵੀ ਪਰਖ ਕਰਨੀ ਸੀ। ਸੱਚੇ ਪਾਤਸ਼ਾਹ 3 ਦਿਨ ਖੜੇ ਰਹੇ ਸਾਧ ਸੰਗਤ, 3 ਦਿਨ ਰਾਜਾ ਵੀ ਹੱਥ ਜੋੜ ਕੇ ਪਿੱਛੇ ਖੜਾ ਰਿਹਾ, ਮਹਾਰਾਜ ਪਿੱਠ ਕਰਕੇ ਖੜੇ ਰਹੇ। 3 ਦਿਨ ਤੋਂ ਬਾਅਦ ਫਿਰ ਮਹਾਰਾਜ ਜੀ ਕਹਿੰਦੇ ਆ ਬਈ ਹੁਣ ਤੂੰ ਪੂਰਾ ਪੱਕ ਗਿਆ, ਇਹਨੂੰ ਕਹਿੰਦੇ ਨੇ ਕਸਵੱਟੀ, ਤੂੰ ਕਸਵੱਟੀ ਵਿੱਚ ਹੁਣ ਪੂਰਾ। ਫਿਰ ਮਹਾਰਾਜ ਜੀ ਨੇ ਉਹਨੂੰ ਗਿਆਨ ਕੀਤਾ, ਉੱਥੇ ਪ੍ਰਾਣ ਸੰਗਲੀ ਉਚਾਰਨ ਕੀਤੀ ਸੀ ਮਹਾਰਾਜ ਜੀ ਨੇ, 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੰਗਾਈ ਵੀ ਸੀ, ਪਰ ਉਹਦੇ ਵਿੱਚ ਸਾਰਾ ਯੋਗ ਮਤ ਦੀ ਗੱਲ ਸੀ। ਮਹਾਰਾਜ ਕਹਿੰਦੇ ਵੀ ਸਿੱਖਾਂ ਵਾਸਤੇ ਇਹ ਮੁਸ਼ਕਲ ਹੈ, ਕਲਯੁਗੀ ਜੀਵ ਇਹ ਨਹੀਂ ਕਰ ਸਕਣਗੇ। ਫਿਰ ਮਹਾਰਾਜ ਨੇ ਜਲ ਪ੍ਰਵਾਹ ਕਰਾਤੀ ਸੀ। ਇਸ ਤਰ੍ਹਾਂ ਜਾਣੀ ਸ਼ਿਵ ਨਾਮ ਰਾਜਾ ਫਿਰ ਮਹਾਰਾਜ ਜੀ ਦਾ ਸ਼ਰਧਾਲੂ ਬਣਿਆ। ਪਹਿਲੀ ਮੰਜੀ ਮਹਾਰਾਜ ਜੀ ਨੇ ਉਹ ਰਾਜੇ ਨੂੰ ਉੱਥੇ ਦਿੱਤੀ ਵੀ ਤੂੰ ਅੱਜ ਤੋਂ ਪ੍ਰਚਾਰਕ ਹੈ ਇੱਥੇ ਦਾ। ਅਤੇ ਉੱਥੇ ਫਿਰ ਅਸੀਂ ਜਾ ਕੇ ਰਿਸਰਚ ਕੀਤੀ, ਉੱਥੋਂ ਇਹ ਪਤਾ ਲੱਗਿਆ ਵੀ ਪੱਤਰੇ ਪਏ ਹਨ ਤਾਂਬੇ ਦੇ ਜਿਹਦੇ ਉੱਪਰ ਲਿਖਿਆ ਨਾਨਕ ਆਚਾਰੀਆ ਇੱਥੇ ਆਏ। ਇਹਦਾ ਮਤਲਬ ਕੋਈ ਤਾਂ ਕੋਈ ਉਗ ਸੁਗਤਾ ਮਿਲੀ ਨਾ ਜਾ ਕੇ। ਅਤੇ ਹੁਣ ਉੱਥੇ ਖੋਜ ਹੋ ਰਹੀ ਹੈ ਵੀ ਉਹ ਜਗ੍ਹਾ ਮਿਲੇ, ਉਹ ਜਗ੍ਹਾ 'ਤੇ ਫਿਰ ਆਪਾਂ ਕੋਈ ਅਸਥਾਨ ਬਣਾਈਏ, ਫਿਰ ਆਪਾਂ ਰੱਜ ਰੱਜ ਕੇ ਸੇਵਾ ਕਰੀਏ, ਫਿਰ ਆਪਾਂ ਤੁਹਾਨੂੰ ਕਹਿ ਕੇ ਬਈ 10ਵਾਂ ਨਹੀਂ ਹੁਣ ਤਾਂ 50ਵਾਂ ਹਿੱਸਾ ਦੇਣਾ ਪੈਣਾ ਤੁਹਾਨੂੰ। ਇਹ ਗੁਰੂ ਨਾਨਕ ਹੈ ਜਿਹਦੇ ਗੁਰੂ ਨਾਨਕ ਦੇ ਨਾਮ ਦੇ ਉੱਪਰ ਆਪਣਾ ਜਨਮ ਹੈ, ਗੁਰੂ ਨਾਨਕ ਹੀ ਸਾਡੀ ਜੜ ਹੈ ਨਾ। ਜੇ ਗੁਰੂ ਨਾਨਕ ਨਾ ਹੁੰਦੇ ਤਾਂ ਆਪਾਂ ਥੋੜ੍ਹੀ ਹੋਣਾ ਸੀ। ਕਈ ਕਹਿੰਦੇ ਜੀ ਉੱਥੇ ਸਿੱਖ ਨਹੀਂ ਹਨ, ਮੈਂ ਕਿਹਾ ਵੀ ਹੇਮਕੁੰਡ ਸਾਹਿਬ ਕਿਹੜੇ ਸਿੱਖ ਨੇ, ਜੇ ਹੇਮਕੁੰਡ ਸਾਹਿਬ ਨਾਲੇ 3-4 ਮਹੀਨੇ ਖੁੱਲਦਾ ਸਥਾਨ, ਜੇ ਉਹ ਇੱਕ ਤੀਰਥ ਬਣ ਸਕਦਾ ਹੈ ਕੀ ਸ਼੍ਰੀ ਲੰਕਾ ਵਿੱਚ ਨਹੀਂ ਬਣ ਸਕਦਾ? ਕਹਿੰਦੇ ਜੀ ਹਾਂ, ਨਾਲੇ ਇੱਥੇ ਤਾਂ ਜਾਣਾ ਵੀ ਕੋਈ ਔਖਾ ਨਹੀਂ, ਜਹਾਜ਼ ਚੜ੍ਹੋ 3 ਘੰਟੇ ਜਹਾਜ਼ ਪਹੁੰਚਾ ਦਿੰਦਾ ਉੱਥੇ।
ਸਿਰ 13,000 ਰੁਪਈਆ ਲੱਗਦਾ ਆਉਣ ਜਾਣ ਦਾ। ਗੁਰੂ ਦੀ ਖਾਤਰ ਕੀ ਨਹੀਂ ਆਪਾਂ ਕਰ ਸਕਦੇ, ਸਭ ਕੁਛ ਹੋ ਸਕਦਾ ਹੈ। ਮਹਾਰਾਜ ਕਿਰਪਾ ਕਰਨ, ਹੁਣ ਉਹ ਖੋਜ ਵਿੱਚ ਆਪਾਂ। ਫਿਰ ਉੱਥੇ ਅਸੀਂ MP ਨੂੰ ਮਿਲੇ, ਉਹ ਕਹਿੰਦੇ ਜੀ ਪਹਿਲਾਂ ਤੁਸੀਂ ਇੱਥੇ ਲੜਕੀਆਂ ਨੇ ਤਕਰੀਬਨ 1,25,000 ਵਿਧਵਾ ਲੜਕੀ, ਕਿ ਉਹ ਲਿਟਿਆਂ ਦਾ ਉੱਥੇ ਜੰਗ ਚੱਲਦਾ ਰਿਹਾ ਨਾ, 1,25,000 ਵਿਧਵਾ ਲੜਕੀ ਹੈ, 2,000 ਰੁਪਈਏ ਦੀ ਦਾਲ ਹੈ ਉੱਥੇ, 1 ਕਿਲੋ ਮੂੰਗੀ ਦੀ, ਦੁੱਧ ਹੈ ਕੋਈ ਨਹੀਂ, ਕਿਉਂਕਿ ਪਸ਼ੂ ਸਾਰੇ ਮਾਰਤੇ ਬੰਬਾਰਮੈਂਟ ਜਦੋਂ ਹੁੰਦੀ ਸੀ, ਬੰਦੇ ਵੀ ਮਰ ਗਏ ਲੜ ਲੜ ਕੇ, ਅਤੇ ਰਹਿ ਗਈਆਂ ਲੜਕੀਆਂ ਵਿਚਾਰੀਆਂ। ਅਤੇ ਉਹ ਕਹਿੰਦੇ ਇੱਥੇ ਕੈਂਪ ਲਾਓ, ਇੱਕ ਮੈਡੀਕਲ ਕੈਂਪ 7 ਦਿਨ ਦਾ, 4-5 ਡਾਕਟਰ ਲਿਆ ਕੇ, ਅਤੇ ਉਹਦੀ ਤਿਆਰੀ ਹੋ ਰਹੀ ਹੈ, ਉਹਨਾਂ ਵਾਸਤੇ ਦਵਾਈਆਂ ਫ੍ਰੀ ਸਭ ਕੁਛ ਉਹ ਕਰਕੇ, ਫਿਰ ਉਦੋਂ ਬਾਅਦ ਅਗਲਾ ਜੋ ਪ੍ਰੋਗਰਾਮ ਉੱਥੇ ਜਿਵੇਂ ਫਿਰ ਉੱਥੇ ਦੀ ਖੋਜ ਅਨੁਸਾਰ ਅੱਗੇ ਗੁਰਦੁਆਰਾ ਜੋ ਵੀ ਕੁਛ ਬਣਨਾ ਮਹਾਰਾਜ ਜਾਣ। ਪਰ ਮਨ ਵਿੱਚ ਇੱਕ ਸੁਪਨਾ ਜ਼ਰੂਰ ਹੈ, ਸੁਪਨਾ ਸਾਕਾਰ ਕਰਨਾ ਇਹ ਮਹਾਰਾਜ ਜੀ ਨੇ ਜਾਂ ਸੰਗਤਾਂ ਦੇ ਸਹਿਯੋਗ ਨਾਲ। ਇਹ ਬੇਨਤੀਆਂ ਹਨ, ਆਓ ਹੁਣ ਬੀਬੀਆਂ ਨੂੰ ਬੇਨਤੀ ਕਰੀ ਵੀ ਆ ਜਾਓ, ਕਿਉਂਕਿ ਗੁਰੂ ਸਤੋਤਰ ਪੜ੍ਹਨ ਦੀ ਲੋੜ ਕੋਈ ਨਹੀਂ, ਸਿੱਧਾ ਹੀ ਆਸਾਈ ਵਾਰ ਦਾ ਕੀਰਤਨ ਸ਼ੁਰੂ ਹੋਵੇਗਾ। ਬੋਲਦਿਆਂ ਤੋਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ, ਸੰਗਤ ਬਖਸ਼ਿੰਦ ਹੈ, ਗੁਰੂ ਮਹਾਰਾਜ ਸਦਾ ਹੀ ਬਖਸ਼ਿੰਦ ਹਨ। ਹਮ ਅਪਰਾਧੀ ਸਦ ਭੁੱਲਤੇ, ਤੁਮ ਬਖਸ਼ਣ ਹਾਰੇ ਭੁੱਲਤੇ ਖਿਮਾ ਬਖਸ਼ੋ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।